बोले सोनिहाल परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी की पावन पवित्र हजूरी अंदर संध्या दे इस गुरमत दीवान दी आप जी हाजरी पर रहे हो। इस सतगुरु के अस्थान की मर्यादा अनुसार कथा गुरबाणी कीर्तन सो दर रह राज साहिब जी का पाठ और सतगुरां के चरणों में अरदास बेनती जोदली की गई है। एक धारणा पढ़ के उन्हां शहीदां नूं सतगुरु की बाणी की रोशनी विच याद किया गया जिन्हां ने इन्हां दिनां विच सच एवे जो कुछ अपनी जबान तो स्टेज तो किया उसनूं अमली जामा भी पहना के दिखाया। संत बाबा जरनैल सिंह जी खालसा पिंडरां वाले संत बाबा करतार सिंह जी के वड्डे सपुत्र भाई साहिब भाई अमरीक सिंह जी जनरल शबेर सिंह जी जिन्हां की शहादत 5 जून शाम को होंगी 6 जून को संत शहादत का जाम पीते ने भाई साहिब भाई अमरीक सिंह जी हुणी पीते आ उस सारे साके दे विच जिन्ने भी सिख शहीद हुए ने बच्चे बच्चियां बजुर्ग उन्हां सारिआं नूं आपां अज नतमस्तक आओ जो विचार कल प्रारंभ कीती सी उसनूं अज मैं अगे आप संगत दी सेवा कर सकां। आरंभ में एक बेनती मैं जरूर करांगा कथा की समाप्ति तो बाद संत जना मिल हर जिस गायो शब्द पढ़िया जाता है फिर सतगुरां का हुक्म होंदा कृपा करो हजूर का हुक्मनामा जरूर सुन के जाए। उस तो बाद देग है लंगर है आओ आप सतगुरु की बख्शी में फतेह सत्कार करो उस प्रकरण उस विषय में आप जी के सन्मुख बेनती कर सकता
ਅਦਬ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਬਾਬਾ ਫਰੀਦ ਸਾਹਿਬ ਦੇ ਉਚਾਰਨ ਕੀਤੇ ਹੋਏ ਸ਼ਬਦ ਦੀਆਂ ਚਾਰ ਤੁਕਾਂ ਦਾ ਪਾਠ ਕੀਤਾ ਔਰ ਵਿਚਾਰ ਦਾ ਵਿਸ਼ਾ ਅਸੀਂ ਦੋ ਤੁਕਾਂ ਬਣਾਈਆਂ। ਉਸ ਅੰਮ੍ਰਿਤ ਬਚਨ ਦੀਆਂ ਪਹਿਲੀਆਂ ਤੁਕਾਂ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਹੜੇ ਦਿਲ ਤੋਂ ਮੁਹੱਬਤ ਕਰਦੇ ਨੇ ਉਹ ਹੀ ਸੱਚੇ ਨੇ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ। ਲਫ਼ਜ਼ੀ ਅਰਥ ਬੜੇ ਸਰਲ ਨੇ ਕਿ ਜਿਨ੍ਹਾਂ ਦੇ ਮੂੰਹ ਵਿੱਚ ਪ੍ਰੀਤ ਦੀ ਸ਼ਬਦਾਵਲੀ ਹੈ ਪਰ ਹਿਰਦੇ ਵਿੱਚ ਮੁਹੱਬਤ ਹੈ ਨਹੀਂ। ਇਸਦਾ ਭਾਵ ਫਿਰ ਸੁਣੋ, ਦਿਲੋਂ ਮੁਹੱਬਤ ਜਿਹਦੇ ਕਰਦੇ ਆ ਉਹ ਸੱਚੇ ਨੇ, ਪਰ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ। ਜਿਹਨੂੰ ਅਸੀਂ ਪੜ੍ਹਦੇ ਹਾਂ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਡ ਲਾਵਤ, ਇਹ ਕੋਈ ਵਚਨ ਹੈ। ਮਨ ਵਿੱਚ ਪਿਆਰ ਨਹੀਂ ਪਰ ਜ਼ਬਾਨ ਤੋਂ ਇੰਝ ਪ੍ਰਤੀਤ ਹੁੰਦਾ ਵੀ ਕਿੰਨੀ ਕੁ ਰੱਬ ਦੇ ਨਾਲ ਇਹਦੀ ਗੰਢ ਪਈ ਹੋਈ। ਗੰਢ ਦਾ ਅਰਥ ਮਿਲਾਪ ਕਰਾਂਗੇ। ਉਂਝ ਵੈਸੇ ਗੰਢ ਦਾ ਅਰਥ ਕਪਟ ਨਾਲ ਵੀ ਸੰਬੰਧਿਤ ਹੁੰਦਾ ਪਰ ਇੱਥੇ ਗੰਢ ਦਾ ਲਫ਼ਜ਼ੀ ਅਰਥ ਕਰਾਂਗੇ ਜੋੜ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਬੜੀ ਵਾਰੀ ਵਰਤੇ ਆ, ਜਿਵੇਂ ਅਸੀਂ ਮਹਾਰਾਜ ਦੀ ਬਾਣੀ ਦਾ ਸ਼ਬਦ ਪੜ੍ਹਦੇ ਹਾਂ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਇਸ ਅੰਮ੍ਰਿਤ ਸ਼ਬਦ ਦੇ ਅਖੀਰ ਵਿੱਚ ਕਹਿ ਨਾਨਕ ਆਖੈ ਇਹੋ ਵਿਚਾਰ, ਸੇਤੀ ਗੰਢ ਪਵੈ ਦਰਬਾਰ। ਗੰਢ ਦਾ ਅਰਥ ਜੁੜ ਜਾਣਾ, ਇੱਕ ਨਿਕ ਹੋ ਜਾਣਾ। ਇੱਥੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਦੇ ਬਚਨ ਕਿ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਉਹਨੂੰ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਉਹ ਕੱਚੇ ਨੇ ਝੂਠੇ ਨੇ। ਫਿਰ ਮਹਾਰਾਜ ਜਿਹੜਾ ਤੁਸੀਂ ਇਹ ਸ਼ਬਦ ਕਿਹਾ ਕਿ ਦਿਲੋਂ ਮੁਹੱਬਤ ਸਹੀ, ਜਿਨ੍ਹਾਂ ਨੂੰ ਅੰਦਰੋਂ ਮੁਹੱਬਤ ਹੈ ਉਹ ਹੀ ਸੱਚੇ ਨੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਪਰ ਇੱਥੇ ਇਹ ਨਹੀਂ ਕਲੀਅਰ ਕੀਤਾ ਮੁਹੱਬਤ ਕਿਸ ਦੇ ਨਾਲ। ਇਸ ਬੇਨਤੀ ਨੂੰ ਸੁਣੀ, ਕੱਲ ਵੀ ਮੈਂ ਅਰਜ਼ ਕੀਤੀ। ਹੁਣ ਇਹ ਆਮ ਤੌਰ 'ਤੇ ਕਈ ਸੱਜਣ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਲੈ ਲੈਣਗੇ ਪਰ ਉਹਨਾਂ ਨੂੰ ਮੁਕੰਮਲ ਭਾਵ ਦਾ ਪਤਾ ਨਹੀਂ ਹੁੰਦਾ, ਉਹਨਾਂ ਤੁਕਾਂ ਨੂੰ ਦੁਨਿਆਵੀ ਪਿਆਰ ਦੇ ਵਿੱਚੋਂ ਵਰਤਣਾ ਸ਼ੁਰੂ ਕਰਦੇ। ਫਿਰ ਬੇਨਤੀ ਸੁਣੋ, ਇੱਥੇ ਸਿਰਫ ਇਹਨਾਂ ਕਿਹਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਨੂੰ ਹੋਰ ਸੇ ਕਾਂਡੇ ਕੱਚਿਆ। ਫਿਰ ਕਿਹਨੂੰ ਮੁਹੱਬਤ? ਇੱਥੇ ਇਸ਼ਕ ਮਜਾਜੀ ਦੀ ਮੁਹੱਬਤ ਦਾ ਜ਼ਿਕਰ ਨਹੀਂ ਕੀਤਾ। ਇੱਥੇ ਫਿਰ ਅੱਗੇ ਬਾਬਾ ਫਰੀਦ ਸਾਹਿਬ ਇਸ ਗੰਢ ਨੂੰ ਇਸ ਚੀਜ਼ ਨੂੰ ਖੋਲਦੇ ਆ, ਉਹ ਮੁਹੱਬਤ ਹੈ ਰਤੇ ਇਸ਼ਕ ਖੁਦਾਏ ਰੰਗ ਦੀਦਾਰ। ਇਹਦੇ ਜਦੋਂ ਅਰਥ ਕਰਾਂਗੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਤੇ ਉਹਦੇ ਵਿੱਚ ਸਾਨੂੰ ਅਗਲੀ ਤੁਕ ਜਿਹੜੀ ਹੈ ਉਹ ਇਸ ਗੱਲ ਨੂੰ ਖੋਲੇਗੀ ਵੀ ਕਿਹਦੇ ਨਾਲ ਮੁਹੱਬਤ, ਕਿਹੜਾ ਸੱਚਾ ਪਣ,
ਉੱਥੇ ਤੇਰਾ ਦੂਤ ਸੱਚੇ ਪਾਤਸ਼ਾਹ ਕਹਿ ਰਿਹਾ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ। ਜਿਹੜੇ ਖੁਦਾ ਦੇ ਇਸ਼ਕ ਵਿੱਚ, ਖੁਦਾ ਦੀ ਮੁਹੱਬਤ ਵਿੱਚ, ਰੱਬ ਦੇ ਪ੍ਰੇਮ ਵਿੱਚ ਰੱਤੇ ਹੋਏ ਨੇ ਤੇ ਦਿਲੋਂ ਮੁਹੱਬਤ ਕਰਦੇ ਆ, ਹਜ਼ੂਰ ਕਹਿੰਦੇ ਉਹੀ ਸੱਚੇ ਨੇ ਜਿਹੜੇ ਮੁੱਖ ਤੋਂ ਮੁਹੱਬਤ ਦੀ ਗੰਢ ਪਾਉਂਦੇ ਆ। ਅੰਦਰ ਮੁਹੱਬਤ ਹੈ ਨਹੀਂ, ਉਹ ਕੱਚੇ ਨੇ ਤੇ ਧਰਤੀ ਦੇ ਉੱਪਰ ਬੋਝ। ਇਹ ਗੱਲ ਬਾਬਾ ਫਰੀਦ ਸਾਹਿਬ ਕਹਿ ਰਹੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਥੋੜਾ ਜਿਹਾ ਜਿਹੜੀ ਮੈਂ ਕੱਲ ਬੇਨਤੀ ਕੀਤੀ ਸੀ ਉਸੇ ਵਿਸ਼ੇ ਮੈਂ ਅਰਜ਼ ਕਰਾਂਗਾ। ਕੱਲ ਕਿਹਾ ਸੀ ਅਸਲ 'ਚ ਪ੍ਰੇਮ ਇਸ਼ਕ ਦੇ ਅਰਥ ਕੀ, ਅਰਜ਼ ਕੀਤੀ ਸੀ ਗੁਰਬਾਣੀ, ਥੋੜਾ ਜਿਹਾ ਰਿਪੀਟ ਕਰਾਂਗਾ। ਪ੍ਰੇਮ, ਹੇਤ, ਸਨੇਹ, ਭਾਉ, ਨੇਹ, ਇਹ ਸਾਰੇ ਸ਼ਬਦ ਸਤਿਗੁਰਾਂ ਦੀ ਪ੍ਰੀਤ ਵਾਸਤੇ ਵਰਤੇ, ਪਿਆਰ ਵਾਸਤੇ ਵਰਤੇ। ਤੇ ਕੱਲ ਅਰਜ਼ ਕੀਤੀ ਸੀ ਜਿਹੜੇ ਇਸਲਾਮ ਵਿੱਚ ਇਹਦੇ ਤੁਲ ਸ਼ਬਦ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਬਾਣੀ ਵਿੱਚ ਵਰਤਿਆ, ਜਿਵੇਂ ਪ੍ਰੇਮ, ਪ੍ਰੀਤ, ਨੇਹ, ਸਨੇਹ, ਭਾਉ ਸ਼ਬਦ ਵਰਤਿਆ। ਉੱਥੇ ਸਤਿਗੁਰਾਂ ਨੇ ਮੁਹੱਬਤ, ਇਸ਼ਕ ਤੇ ਆਸ਼ਕ ਲਫ਼ਜ਼ ਜਿਹੜੇ ਇਸਲਾਮੀ ਸ਼ਬਦ ਨੇ ਉਹਨਾਂ ਦੀ ਵੀ ਵਰਤੋਂ ਗੁਰੂ ਗ੍ਰੰਥ ਸਾਹਿਬ ਜੀ ਕੀਤੀ, ਉਹਨਾਂ ਨੂੰ ਵੀ ਹਜ਼ੂਰ ਨੇ ਵਰਤਿਆ ਇਹਨਾਂ ਸ਼ਬਦਾਂ। ਕੱਲ ਇੱਕ ਹੋਰ ਅਰਜ਼ ਕੀਤੀ ਸੀ ਆਪ ਨੂੰ, ਪ੍ਰੇਮ ਕੀ ਹੈ। ਦਰਅਸਲ ਮੁਹੱਬਤ, ਪ੍ਰੇਮ ਅੰਦਰ ਦੀ ਇੱਕ ਖਿੱਚ ਹੈ। ਕੱਲ ਅਸੀਂ ਵੇਖਿਆ ਸੀ ਪ੍ਰੇਮ ਇੱਕ ਪਾਸੇ ਵੀ ਹੁੰਦਾ ਹੈ, ਪਰ ਜਿਹੜੀ ਇਹ ਖਿੱਚ ਹੈ, ਇਸ ਖਿੱਚ ਨੂੰ ਜਾਂ ਇਸ ਅੰਦਰ ਦੇ ਲਗਾਓ ਨੂੰ ਅਸੀਂ ਲਫ਼ਜ਼ ਵਰਤਦੇ ਹਾਂ ਵੀ ਇਹ ਪਿਆਰ ਹੈ, ਇਹ ਮੁਹੱਬਤ ਹੈ, ਇਹ ਇਸ਼ਕ ਹੈ। ਇਹ ਹੈ ਇਸ਼ਕ ਮਜਾਜੀ, ਜਿਹਦਾ ਜ਼ਿਕਰ ਭਾਰਤ ਦੀ ਧਰਤੀ ਤੇ ਕੀਤਾ ਜਾਂਦਾ ਔਰ ਯੂਰਪ ਵਿੱਚ ਵੀ ਇੱਕ ਜਗ੍ਹਾ ਤੇ ਕੀਤਾ ਜਾਂਦਾ। ਪਲੀਜ਼ ਇਸ ਗੱਲ ਨੂੰ ਤੁਸੀਂ ਇੰਦਰਿਆਵੀ ਮੁਹੱਬਤ ਵਾਸ਼ਨਾ ਨਾਲ ਜੋੜ ਕੇ ਨਾ ਦੇਖਿਓ, ਕਿਉਂਕਿ ਗੁਰਮਤ ਵਿੱਚ ਇਹਦਾ ਜ਼ਿਕਰ ਕੀਤਾ ਗਿਆ। ਤਾਂ ਮੈਂ ਬੇਨਤੀ ਕਰ ਲੱਗਾ, ਯੂਰਪ ਵਿੱਚ ਵੀ ਇਸ਼ਕ ਮਜਾਜੀ ਦਾ ਜ਼ਿਕਰ ਕੀਤਾ ਗਿਆ। ਕੱਲ ਮੈਂ ਬੇਨਤੀ ਕੀਤੀ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ ਇਸ਼ਕ ਮਜਾਜੀ ਦੇ, ਤੇ ਉਹਨਾਂ ਨੇ ਇਸ਼ਕ ਮਜਾਜੀ ਦੀ ਉਦਾਹਰਨ ਦੇ ਕੇ ਇਹਨੂੰ ਵਾਸ਼ਨਾ ਨਾਲ ਨਹੀਂ ਜੋੜਿਆ, ਉਹਦੇ ਵਿੱਚ ਗੁਰ ਸਿੱਖ ਦੇ ਇਸ਼ਕ ਨੂੰ ਬਹੁਤ ਸ੍ਰੇਸ਼ਟ ਦੱਸਿਆ। ਜਿਵੇਂ ਉਹਦੇ ਵਿੱਚੋਂ ਕੋਈ ਤੁਕਾ ਅਸੀਂ ਲੈ ਲੈਂਦੇ ਹਾਂ, ਲੈ ਲੈ ਮਜਨੂੰ ਆਸ਼ਕੀ ਚੋ ਚੱਕੀ ਜਾਤੀ, ਸੋਚ ਬੀਜਾ ਗਾਵੀਏ ਜਾਂ ਸ਼ੁਗਰਾ ਵਾਤੀ, ਸੱਸੀ ਪੁੰਨੂ ਦੋਸਤੀ ਕੋਈ ਜਾਤ ਅਜਾਤੀ, ਮਈ ਵਾਰ ਨੂੰ ਸੋਹਣੀ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਰਾਤੀ। ਇਸ ਨੂੰ ਫਿਰ ਸੁਣੋ, ਇਹ ਸਾਰੇ ਸ਼ਬਦ ਆਪ ਪੜ੍ਹ ਲਏ ਤੇ ਇਸ ਬਾਰੇ ਪੰਜਾਬੀ ਦਾ ਜਿਹੜਾ ਸਾਹਿਤ ਹੈ ਉਹ ਆਪਣੇ ਆਪਣੇ ਢੰਗ ਨਾਲ ਇਹਦੀ ਗੱਲ ਕਰਦਾ ਹੈ। ਤੇ ਕੱਲ ਮੈਂ ਆਪ ਨੂੰ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨੂੰ ਮੁਹੱਬਤ ਕਰਨ ਵਾਲੇ ਜਿਹੜੇ ਪੁਰਾਣਕ ਭਗਤ ਨੇ, ਕੱਲ ਕਿਹਾ ਸੀ ਜਿਹੜਾ ਦਾ ਨਾਮ ਪੁਰਾਣ ਵਿੱਚ ਆਉਂਦਾ ਹੈ, ਉਹ ਭਾਵੇਂ ਇਹ ਧਰੂ ਜੀ ਨੇ, ਪ੍ਰਹਿਲਾਦ ਜੀ ਨੇ, ਦ੍ਰੋਪਦੀ ਜੀ ਨੇ, ਵਿਦਰ ਜੀ ਨੇ, ਮੈਂ ਬੇਨਤੀ ਕਰਾਂਗਾ ਸਾਰੇ ਜ਼ਿਕਰ ਆਉਂਦਾ ਹੈ। ਪਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨੂੰ ਮੁਹੱਬਤ ਕਰਨ ਵਾਸਤੇ, ਗੁਰੂ ਨੂੰ ਪਿਆਰ ਕਰਨ ਵਾਸਤੇ ਕਿਸੇ ਵੀ ਇਸ਼ਕ ਮਜਾਜ਼ੀ ਵਾਲੇ ਨੂੰ ਉਦਾਹਰਣ ਦੇ ਤੌਰ ਤੇ ਪੇਸ਼ ਹੀ ਨਹੀਂ ਕੀਤਾ। ਜਿਵੇਂ ਇੱਥੋਂ ਮੈਂ ਸ਼ਬਦ ਪੜ੍ਹਿਆ ਪੂਰਾ ਤੇ ਉਂਝ ਮੈਂ ਇੱਕ ਬੇਨਤੀ ਕਰਾਂ, ਆ ਗੁਰਮੁਖ ਪਿਆਰੇ ਤੁਸੀਂ ਸਾਰੇ ਬੈਠੇ ਹੋ, ਭਾਈ ਗੁਰਦਾਸ ਸਾਹਿਬ ਦੀ ਰਚਨਾ ਕੋਈ ਪੜ੍ਹੋ, ਤੁਸੀਂ ਭਾਵੇਂ 12 ਪੜ੍ਹੋ, ਪੌੜੀਆਂ ਨੇ ਸਾਰੀਆਂ ਉਹਨਾਂ ਦੇ ਸੋਚੇ ਦੋਹਰੇ ਤੇ ਕਵਿਤ ਜ਼ਿਆਦਾ ਨੇ। ਭਾਈ ਸਾਹਿਬ ਨੂੰ ਜਦੋਂ ਵੀ ਪੜ੍ਹਨਾ
ਉਹਨਾਂ ਦੀ ਜਿਤਨੇ ਵੀ ਪ੍ਰਮਾਣ ਨੇ ਉਹਨਾਂ ਸਾਰੀ ਰਚਨਾ ਦੇ ਅਖੀਰ ਵਾਲੀਆਂ ਤੁਕਾਂ ਧਿਆਨ ਨਾਲ ਪੜ੍ਹੀਏ, ਕਿਉਂਕਿ ਉਹ ਤੱਤ ਗੱਲ ਜਿਹੜੀ ਅਖੀਰ ਵਾਲੀ ਤੋਂ ਗੁੰਜ ਕਰਦੇ। ਮੈਂ ਇਹ ਵੀ ਸੁਣਿਆ ਇੱਕ ਸੱਜਣ ਬੜੀ ਲਹਿਜ ਕੀਰਤਨ ਗਾ ਰਿਹਾ ਸੀ, ਮਹੀ ਵਾਲ ਨੂੰ ਸੋਹਣੀ ਨੇ ਤਰਦੀ ਰਾਖੀ, ਉਹਨੇ ਸਤਾਈ ਬਣਾਇਆ ਹੋਇਆ ਤੇ ਵਾਰ ਵਾਰ ਗਾ ਰਿਹਾ ਸੀ, ਮਹੀ ਵਾਲ ਨੂੰ ਸੋਹਣੀ ਨਹਿ ਤਰਦੀ ਰਾਤੀ। ਹੁਣ ਜਿਸ ਬੰਦੇ ਨੂੰ ਗੁਰਮਤ ਦੀ ਕੋਈ ਸਮਝ ਨਹੀਂ, ਉਹ ਬੰਦਾ ਇਹ ਕਹੇਗਾ ਤਾਂ ਮਤਲਬ ਮਹੀ ਵਾਲ ਨੂੰ ਸੋਹਣੀ ਮਿਲਣ ਵਾਸਤੇ ਜਾਂਦੀ ਹੈ ਦਰਿਆ ਪਾਰ ਕਰਕੇ। ਪਰ ਨਹੀਂ ਗੁਰਮੁਖੋ, ਮੈਂ ਫਿਰ ਬੇਨਤੀ ਕਰਾਂ, ਭਾਈ ਸਾਹਿਬ ਦੀਆਂ ਜਿੰਨੀਆਂ ਵੀ ਪੌੜੀਆਂ ਨੇ ਉਹਨਾਂ ਦੇ ਅਖੀਰ ਵਾਲੀ ਤੁਕ ਤੁਕ ਧੱਤ ਪੱਤ ਪਾਓ ਹੈ। ਉਂਝ ਇਹ ਗੱਲ ਹੋਰ, ਜਿਹੜੀਆਂ ਗੁਰੂ ਦੀ ਸਿਰਤ ਵਿੱਚ ਪੌੜੀਆਂ ਉਹਨਾਂ ਦੀ ਪਹਿਲੀ ਤੁਕ ਪੜ੍ਹ ਲਓ, ਦੂਜੀ ਤੁਕ ਪੜ੍ਹ ਲਓ, ਸਾਰੀ ਅਸਥਾਈ ਚੱਲੇਗੀ। ਪਰ ਇੱਥੇ ਨਹੀਂ ਚੱਲੇਗੀ ਇਸ ਤਰ੍ਹਾਂ, ਇਹਨੂੰ ਇਹ ਨਾ ਸਮਝੋ ਮੈਂ ਕੋਈ ਖੰਡਾ ਬਣਾ ਰਿਹਾ। ਹੁਣ ਤੁਸੀਂ ਇਹ ਤੁਕ ਕਹੀਏ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਗਾ, ਇਹਨੂੰ ਸਤਾਈ ਬਣਾ ਲਓ ਕੋਈ ਗੱਲ ਨਹੀਂ, ਕਿਉਂਕਿ ਬਾਕੀ ਤੁਕ ਇਹਦੀ ਵਿਆਖਿਆ ਕਰਨਗੀ। ਹਾਲਾਂਕਿ ਇਸ ਪੌੜੀ ਦੇ ਅਖੀਰ ਵਿੱਚ ਗੁਰਮੁਖ ਕਲ ਵਿੱਚ ਪ੍ਰਗਟ ਹੋ। ਹੁਣ ਜਿਵੇਂ ਹੋਰ ਵੀ ਤੁਕਾਂ ਬੇਅੰਤ ਨੇ, ਪਰ ਮੈਂ ਇਸ ਵਿਸ਼ੇ 'ਚ ਆਪਾਂ ਨਹੀਂ ਤੁਰਨਾ। ਉਂਝ ਵੈਸੇ ਜੇ ਇਹ ਕੁਝੀਆਂ ਜਿਹੜੀਆਂ ਉਦਾਹਰਨਾਂ ਨੇ, ਇਹਦੇ ਵਿੱਚ ਅਖੀਰ ਵਾਲੀ ਤੁਕ ਕਲੀਅਰ ਕਰਦੀ ਤੇ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ। ਫਿਰ ਮੈਂ ਬੇਨਤੀ ਕਰਾਂਗਾ, ਪਹਿਲਾਂ ਇਸ ਪੌੜੀ ਨੂੰ ਥੋੜ੍ਹਾ ਜਿਹਾ ਅਸੀਂ ਵਰਤਦੇ। ਹਾਂ, ਇੱਕ ਜਗ੍ਹਾ ਤੇ ਭਾਈ ਸਾਹਿਬ ਨੇ ਇਸ ਪ੍ਰਮਾਣ ਨੂੰ ਵਰਤਿਆ ਜ਼ਰੂਰ ਹੈ, ਉਹ ਵੀ ਬੇਨਤੀ ਕਰਕੇ ਜਾਣੀ। ਗੱਲ ਚੱਲੀ ਕੱਲ ਦੀ ਇਸ਼ਕ ਮੁਹੱਬਤ ਤੇ ਰੱਤੇ ਹੋਏ, ਤੇ ਅੱਜ ਜਿੰਨਾ ਸ਼ਹੀਦਾਂ ਨੂੰ ਯਾਦ ਕਰਨੇ ਪਏ, ਯਾਦ ਰੱਖਿਓ ਇਹ ਵੀ ਆਸ਼ਕ ਨੇ, ਇਹ ਵੀ ਗੁਰੂ ਨੂੰ ਇਸ਼ਕ ਕਰਦੇ ਆ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਕੱਚੇ ਬਾਹਾਂ ਖੜੀਆਂ ਕਰਕੇ ਨਿਕਲ ਗਏ, ਪਰ ਪੱਕਿਆਂ ਨੇ ਆਪਣਾ ਸਿਰ ਦੇ ਦਿੱਤਾ ਉੱਥੋਂ ਹਟੇ ਨਹੀਂ। ਇਹ ਵੀ ਤਾਂ ਇਸ਼ਕ ਹੈ ਤੇ ਸੱਚੀ ਮੁੱਚੀ ਉਹ ਧਰਤੀ ਦੇ ਬੋਝ ਬਣ ਕੇ ਰਹੇ। ਉਸ ਦਿਨ ਗੁਰੂ ਨਾਨਕ ਪ੍ਰਕਾਸ਼ ਕਿਹਾ ਸੀ ਕਿ ਸ਼ਹਾਦਤ ਰੱਬ ਦੀ ਕਿਰਪਾ ਨਾਲ ਮਿਲਦੀ ਹੈ, ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਲਿਖਿਆ ਗਿਆ ਉਹ ਸ਼ਹੀਦ ਹੁੰਦੇ ਨੇ, ਤੇ ਹਰ ਬੰਦਾ ਸ਼ਹੀਦ ਦੀ ਪਦਵੀ ਨਹੀਂ ਪਾ ਸਕਦਾ। ਮਰਨ ਮੁਨਸਾਂ ਸੋਹਰਿਆਂ ਹੱਕ ਹੈ, ਉਹਨਾਂ ਸੂਰਮਿਆਂ ਦਾ ਹੱਕ ਹੈ, ਉਹ ਸੱਚਮੁੱਚ ਨਿਵਾਜੇ ਹੋਏ ਨੇ, ਧੁਰ ਤੋਂ ਪਠਾਏ ਹੋਏ ਨੇ, ਜਿਨ੍ਹਾਂ ਨੂੰ ਸ਼ਹਾਦਤ ਦੀ ਪਦਵੀ ਮਿਲਦੀ ਹੈ। ਫਿਰ ਉਸੇ ਵਿਸ਼ੇ 'ਤੇ ਥੋੜ੍ਹਾ ਜਿਹਾ ਨੂੰ ਧਿਆਨ ਨਾਲ ਲੈਲਾ ਲੈਲੇ ਮਜਨੂੰ ਆਸ਼ਕੀ, ਇੱਥੇ ਲੈਲੇ ਪਾਠ ਹੈ ਬਾਣੀ 'ਚ, ਇੱਕ ਜਗ੍ਹਾ ਹੋਰ ਮੈਂ ਅੱਗੇ ਅਰਜ਼ ਕਰਾਂਗਾ। ਲੈਲੇ ਮਜਨੂੰ ਆਸ਼ਕੀ ਚੋ ਚੱਕੀ ਜਾਤੀ, ਲੈਲਾ ਤੇ ਮਜਨੂੰ ਦੇ ਇਸ਼ਕ ਨੂੰ ਚਾਰ ਚੱਕਾਂ 'ਚ ਸਾਰੇ ਲੋਕ ਜਾਣਦੇ ਆ। ਸੋਚ ਬੀਜਾ ਗਾਵੀਆ ਜਾਂ ਸੁਗੜਾ ਬਾਤੀ, ਜਿਹਨੂੰ ਢੋਲ ਤੇ ਸਿੰਨੀ ਕਹਿੰਦੇ, ਸੋਚ ਬੀਜਾ ਰਾਜਸਥਾਨ ਵਾਲੇ, ਇਹਨਾਂ ਦਾ ਵੀ ਲੋਕ ਸਿਆਣੇ ਲੋਕ ਇਹਨਾਂ ਦਾ ਸਿਫਤ ਕਰਦੇ ਆ। ਸੱਸੀ ਪੰਨੂ ਦੋਸਤੀ ਕੋਈ ਜਾਤ ਆਜ਼ਾਦੀ, ਸੱਸੀ ਔਰ ਪੰਨੂ ਦੀ ਮਿੱਤਰਤਾ ਹੈ, ਦੋਨਾਂ ਦੀ ਜਾਤ ਮੇਲ ਨਹੀਂ ਖਾਂਦੀ, ਕੋਈ ਜਾਤ ਆਜ਼ਾਦੀ। ਮਹੀ ਵਾਲ ਨੂੰ ਸੋਹਣੀ ਨਹਿ ਤਰਦੀ ਰਾਤੀ, ਇਹਦੇ ਅਰਥ ਸੋਖੇ ਕਿ ਆਪਣੇ ਜਿਹਨੂੰ ਇਸ਼ਕ ਕਰ ਰਹੀ ਹੈ ਉਹਦੀ ਖਾਤਰ ਦਰਿਆ ਹੋਈ ਤਾਰੀ ਹੈ। ਰਾਂਝਾ ਹੀਰ ਵਿਖਾਣੀ ਹੈ ਉਹ ਕਿਰਮ ਕਰਾਤੀ, ਰਾਂਝੇ ਤੇ ਹੀਰ ਦੀ ਮੁਹੱਬਤ ਦਾ ਜ਼ਿਕਰ ਹੁੰਦਾ ਹੈ ਅੱਗੇ ਭਾਈ ਸਾਹਿਬ। ਤੱਤ ਕਿਨੇ ਪੀਰ ਮੁਰੀਦਾਂ ਪਿਰਹੜੀ ਗਾਵਣ ਪਰਵਾਤੀ, ਅਸਲੀ ਤੱਤ ਇਹ ਹੁਣ ਇਹਨੂੰ ਸਫਾਈ ਬਣਾ ਕੇ ਜਿੰਨਾ ਮਰਜ਼ੀ ਗਾਈ ਜਾਓ, ਪੀਰ ਮੁਰੀਦਾਂ ਪਿਰਹੜੀ ਗਾਵਣ ਪਰਵਾਤੀ, ਕਹਿਣ ਲੱਗੇ ਇਹ ਸਿਰਫ ਤਨ ਦੀ ਖਾਤਰ ਵਾਸ਼ਨਾ ਸੰਯੁਕਤ ਹੋ ਕੇ ਇਹ ਸੱਚੀ ਮੁੱਚੀ ਇੱਕ ਦੂਜੇ ਦੇ ਖਾਤਰ ਮਰਨੋਂ ਤਿਆਰ ਨੇ,
ਕਿ ਗੁਰਸਿੱਖ ਹੋਵੇ ਜਿਹੜਾ ਸ੍ਰੇਸ਼ਟ ਪ੍ਰੀਤ ਵਾਲਾ, ਉਹ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਪਾਰੇ ਪਿਆਰੇ ਮਹਿਬੂਬ ਦੇ ਸਿਫਤ ਦੇ ਗੀਤ ਗਾਵਾ। ਫਿਰ ਬੇਨਤੀ ਹੈ ਜੀ ਇਹਨੂੰ, ਜੇ ਇਸ ਤਰ੍ਹਾਂ ਸੀ ਮੈਂ ਫਿਰ ਇਹ ਨਿਮਰਤਾ ਸਹਿਤ ਬੇਨਤੀ ਕਰਾਂਗਾ, ਇਸ 'ਤੇ ਕਟਾਕਸ਼ ਕਰਨ ਲਈ ਨਹੀਂ ਚਾਹੀਦੀ। ਸਖਾਈ ਇਹੀ ਹੈ ਕਿ ਜਿਸ ਵਿੱਚ ਮੈਂ ਹੁਣ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਪਰ ਗੁਰਮੁਖੋ ਉਹਦੇ ਵਿੱਚ ਅਖੀਰ ਵੀ ਤਾਂ ਇਹ ਹੈ ਤੱਤ ਭਾਵ ਗੁਰਮੁਖ ਸੁਖ ਪ੍ਰਦਾਤ ਸ਼ਬਦ ਸਮਾਪਤ ਹੈ। ਹੁਣ ਇਹ ਇਸ਼ਕ ਮਜਾਜੀ ਦਾ ਜ਼ਿਕਰ ਕੀਤਾ ਗਿਆ, ਪਰ ਇਸ ਇਸ਼ਕ ਮਜਾਜੀ ਦੀ ਉਦਾਹਰਨ ਨੂੰ ਭਾਈ ਸਾਹਿਬ ਜੀ ਨੇ ਇਸ਼ਕ ਹਕੀਕੀ ਦੇ ਰੂਪ 'ਚ ਆ ਉਹਨਾਂ ਕਿਹਾ, ਲੋਕੋ ਤੁਸੀਂ ਇਹਨਾਂ ਦੀ ਪ੍ਰੀਤ ਦੀ, ਇਹਨਾਂ ਦੀ ਮੁਹੱਬਤ ਦੀ, ਇਹਨਾਂ ਦੇ ਇਸ਼ਕ ਦੀ ਗੱਲ ਕਰਦੇ ਹੋ, ਆਓ ਤੁਹਾਨੂੰ ਅਸੀਂ ਉਹਨਾਂ ਇਸ਼ਕ ਕਰਨ ਵਾਲੇ ਆਸ਼ਕਾਂ ਨੂੰ ਦਿਖਾਉਂਦੇ ਹਾਂ ਜਿਹੜੇ ਸਭ ਕੁਝ ਛੱਡ ਕੇ ਪ੍ਰਭਾਤ ਵੇਲੇ ਆਪਣੇ ਮਹਿਬੂਬ ਦੇ ਗੀਤ ਬਹਿਗਾਉਂਦੇ। ਉੱਥੇ ਕਿਹਾ ਕਿ ਪੀਰ ਮੁਰੀਦਾ ਪਿਰਾਣੀ ਗਾਮ ਪ੍ਰਭਾਤੀ, ਪ੍ਰਭਾਤੀ ਦਾ ਅਰਥ ਅੰਮ੍ਰਿਤ ਵੇਲਾ। ਥੋੜ੍ਹਾ ਜਿਹਾ ਆਓ ਹੋਰ ਮੈਂ ਇੱਕ ਬੇਨਤੀ ਕਰਾਂ ਕਿ ਅਸੀਂ ਜਦੋਂ ਗੁਰਬਾਣੀ 'ਚ ਪ੍ਰੇਮਾ ਭਗਤੀ ਨੇ ਬਾਬਾ ਜੀ ਨੇ ਅਰਦਾਸ ਵਿੱਚ ਵੀ ਕਿਹਾ, ਇਹ ਵੀ ਸੱਚੀ ਮੁੱਚੀ ਸ਼ਬਦ ਧੁਰ ਅੰਦਰ ਤੋਂ ਨਿਕਲਦੇ ਕਿ ਸਾਨੂੰ ਬਖਸ਼ ਲੈ ਪ੍ਰੇਮਾ ਭਗਤੀ ਬਖਸ਼। ਅਸਲ 'ਚ ਪਰਮਾਤਮਾ ਹੈ ਹੀ ਸੁਧਾ ਪ੍ਰੇਮ, ਸੁਧਾ ਪ੍ਰੇਮ। ਉਹ ਪ੍ਰੇਮ ਕਿੰਨਾ ਕੁ ਹੈ, ਮੈਂ ਪਿਛਲੇ ਦਿਨ ਹੀ ਸ਼ਾਇਦ ਇੱਕ ਜਗ੍ਹਾ ਕਥਾ ਕਰਦਿਆਂ ਕਿਹਾ ਕਿ ਉਹਦਾ ਪ੍ਰੇਮ ਹੀ ਕਹਿੰਦਾ ਉਹ ਜੀਵ ਬਣਾਉਂਦਾ ਪਹਿਲੀ ਬਾਅਦ ਵਿੱਚ ਪਹਿਲਾਂ ਦਾਤਾ ਬਣ ਕੇ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰਦਾ। ਸੁਧਾ ਪ੍ਰੇਮ ਨਹੀਂ, ਜੀਵ ਬਾਅਦ ਵਿੱਚ ਪੈਦਾ ਹੁੰਦਾ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਦਾਤਾ ਕਰਤਾ ਆਪ ਤੂੰ, ਆਹ ਪ੍ਰੇਮ ਦਾ ਸਰੂਪ ਹੈ। ਤੁਸੀਂ ਦਾਤੇ ਹੋ, ਦਾਤੇ ਤੋਂ ਕਰਤੇ ਦਰ ਤੇ ਬਣਾਉਣ ਵਾਲਾ, ਕਰਤਾ ਬਾਅਦ ਵਿੱਚ, ਦਾਤਾ ਪਹਿਲਾਂ ਹੈ। ਸੱਚ ਇਹ ਕਿਰਤ ਕਰਨ ਤੋਂ ਪਹਿਲਾਂ ਦਾਤਾ ਬਣ ਕੇ ਉਹਦੀਆਂ ਰੋਟੀ ਦਾ ਪ੍ਰਬੰਧ ਕਰਨਾ, ਇਹ ਪ੍ਰੇਮ ਦਾ ਲਿਖਾਇਆ ਹੈ। ਦਾਤਾ ਕਰਤਾ ਆਪ ਤੂੰ, ਤੇ ਅੱਗੇ ਬਚਨ ਕੀ ਤੁਸ ਦੇਵ ਹੈ, ਤੁਸ ਦਰ ਤੇ ਤਰੁੱਠ ਕੇ, ਪਰ ਸੰਤਾਂ ਦੇ ਘਰ ਜਾ ਕੇ, ਮੇਰ ਦੇ ਘਰ ਜਾ ਕੇ ਤੁਸ ਦੇਵ ਹੈ ਕਰੇ ਪਛਾਓ, ਤੂੰ ਤਰੁੱਠ ਕੇ ਉਹਨਾਂ ਦੀ ਝੋਲੀ 'ਚ ਦਾਤ ਪਾਉਂਦਾ। ਇਸੇ ਕਰਕੇ ਜਿਹੜਾ ਦਾਤਾ ਹੈ ਉਹ ਇੰਨਾ ਸੁਧਾ ਪ੍ਰੇਮਕ ਹੈ, ਉਹ ਦੇਂਦਾ ਹੈ, ਉਹਦੇ ਭੰਡਾਰੇ ਮੁੱਕਦੇ ਨਹੀਂ, ਲੈਣ ਵਾਲੀ ਦੁਨੀਆਂ ਤੋਂ ਕੂਚ ਕਰ ਜਾਂਦੇ ਆ। ਦੇਂਦਾ ਦੇ ਲੈਂਦੇ ਜਗ ਪਾਹੇ, ਜੁਗਾ ਜੁਗੰਤਰ ਖਾਈ ਖਾਂ। ਅਗਲੀ ਗੱਲ ਉਹ ਇਸ ਕਰਕੇ ਨਹੀਂ ਦੇਂਦਾ, ਮੇਰੇ ਸਿਮਰਨ ਕਿਹੜੇ ਕਰਦੇ ਆ ਕਿ ਮੈਂ ਉਹਨਾਂ ਨੂੰ ਦਾਤ ਦੇਣੀ ਜਿਹੜੇ ਬੰਦਗੀ ਇਬਾਦਤ ਸਿਮਰਨ ਕਰਦੇ ਆ। ਸੱਚ ਇਹ ਜਿਹੜੇ ਦਿਨ ਰਾਤ ਵਜਰ ਪਾਪ ਕਰਦੇ ਨੇ ਉਹ ਪ੍ਰੇਮ ਸੁਧਾ, ਤਾਂ ਮੈਂ ਕਹਿ ਰਿਹਾ ਜੇ ਈਰਖਾ ਵਿੱਚ ਹੋਵੇ ਤੇ ਆਪਣੇ ਵਿਰੋਧੀਆਂ ਨੂੰ ਕਦੀ ਰੋਟੀ ਨਾ ਲੈ, ਤਾਂ ਮੈਂ ਸ਼ਬਦ ਵਰਤਿਆ ਸੁਧਾ ਪ੍ਰੇਮ ਕਿਵੇਂ। ਮੰਨ ਲਓ ਕਿਸੇ ਬੰਦੇ ਨੂੰ ਕੋਈ ਈਰਖਾ ਕਰਦਾ ਤੇ ਇਨਸਾਨ ਉਹਨੂੰ ਬਰਦਾਸ਼ਤ ਨਹੀਂ ਕਰੇਗਾ, ਸੱਚ ਇਹ ਉਹਦਾ ਵਿਰੋਧ ਕਰੇਗਾ। ਰੱਬ ਦੇ ਵਿਰੋਧ ਵਿੱਚ ਜਿੰਨੇ ਮਰਜ਼ੀ ਲੋਕ ਖੜੋ ਜਾਣ, ਇਸੇ ਕਰਕੇ ਮੈਂ ਪ੍ਰੇਮ ਕਿਹਾ ਕਿਉਂਕਿ ਔਗਣ ਦੇਖਦਾ ਹੋਇਆ ਵੀ ਰੋਜ਼ੀ ਦਿੰਦਾ ਹੋਇਆ। ਕਿਉਂਕਿ ਦੱਸੋ ਇਹਨੂੰ ਅਸੀਂ ਕਹਿੰਦੇ ਹਾਂ ਆਪਣੀ ਬਿਰਧ ਦੀ ਲਾਜ ਰੱਖੀ, ਜਿਹੜਾ ਅਸੀਂ ਕਹਿੰਦੇ ਨਾ ਅਮਰੀ ਗਣਤ ਨਾ ਗਣੀਆਂ ਕਾਈ, ਆਪਣਾ ਆਪਣਾ ਬਿਰਧ ਪਛਾਣ ਦਾ ਮਤਲਬ ਕੀ, ਆਪਣਾ ਬਿਰਧ ਦਾ ਮਤਲਬ ਇਹ ਹੀ ਜੋਦਰੀਏ ਦਾਤਾ, ਅਸੀਂ ਜ਼ਿੰਦਗੀ 'ਚ ਬੇਅੰਤ ਗਲਤੀਆਂ ਕੀਤੀਆਂ, ਬੇਅੰਤ ਪਾਪ ਕੀਤੇ, ਪਰ ਤੂੰ ਆਪਣਾ ਪ੍ਰੇਮ ਵਾਲਾ ਸੁਭਾਅ ਚੇਤੇ ਰੱਖੀ, ਵਾਹਿਗੁਰੂ ਅਸੀਂ ਤੇਰੇ ਭਰੋਸੇ ਦਿਆ। ਉਹਦਾ ਮੁੱਲ ਕਦੀਮਾ ਸੁਭਾਅ ਪ੍ਰੇਮ ਹੈ, ਉਹ ਆਪੇ ਪ੍ਰੇਮ ਪ੍ਰੀਤ ਹੈ। ਵਾਹਿਗੁਰੂ ਜੀ ਇੱਥੇ ਸ਼ਬਦ ਸਤਿਗੁਰੂ ਵਰਤ ਰਿਹਾ
ਕਿ ਇੱਕ ਤਾਂ ਦਾਤਾਂ ਦਿੰਦਾ ਥੱਕ ਜਾਂਦੇ ਨੇ ਲੈਣ ਵਾਲੇ, ਦੂਜਾ ਉਹ ਔਗਣ ਨਹੀਂ ਦੇਖਦਾ, ਸੱਚੀ ਮੁੱਚੀ ਗੁਨਾਹ ਨਹੀਂ ਦੇਖਦਾ। ਜਿਹਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਦੇ ਹਾਂ, ਦੋਖਣ ਦੇਖਤ ਹੈ। ਪਰ ਪਿਆਰੋ ਇਹ ਇਹੀ ਤਾਂ ਪ੍ਰੇਮ ਹੈ, ਉਂਝ ਦੋ ਕੇ ਖਿੰਚ ਪੜ੍ਹਦੇ ਨੇ, ਉਹ ਗੁਨਾਹ ਦੇਖ ਰਿਹਾ, ਆਪਣੇ ਅੰਦਰ ਨੂੰ ਮੈਲਾ ਨਹੀਂ ਹੋਣਗੇ। ਸੱਚ ਇਹ ਵੀ ਜਿੰਨਾ ਮਰਜ਼ੀ ਆਪਣੇ ਆਪ ਨੂੰ ਇਨਸਾਨ ਕਹਿ ਮੈਂ ਬੜਾ ਅੰਦਰੋਂ ਅਡੋਲ ਹਾਂ, ਜਦੋਂ ਕਿਸੇ ਦੇ ਬਾਰੇ ਪਤਾ ਲੱਗ ਜਾਂਦਾ ਕਪਟੀ ਹੈ, ਇਹ ਬੰਦਾ ਗਲਤ ਹੈ, ਸੱਚੀ ਮੁੱਚੀ ਉਸੇ ਵਕਤ ਬੰਦੇ ਦੇ ਵਰਤਨ ਦੇ ਵਿੱਚ ਬਦਲਾਅ ਆ ਜਾਂਦਾ, ਬਦਲ ਜਾਂਦਾ ਉਹਨੂੰ ਵਰਤਣਾ, ਉਹਦੇ ਨਾਲ ਬੋਲਣਾ ਚੱਲਣਾ ਚੇਂਜ ਹੋ ਜਾਂਦਾ ਇੱਕੋਦਮ, ਅਤੇ ਕਈ ਵਾਰੀ ਖਹਿੜਾ ਸੁਣਾਉਣਾ ਚਾਹੁੰਦਾ ਵੀ ਇਹ ਬੰਦਾ ਗਲਤ ਹੈ, ਇਹ ਬੰਦਾ ਗੁਨਾਹ ਕਰਦਾ, ਨਹੀਂ ਜੀ ਆਪਾਂ ਟਾਈਮ ਕੱਢੀਏ ਇਸ ਬੰਦੇ ਦੇ ਆਪਾਂ ਨੇੜੇ ਨਹੀਂ ਲੱਗਣਾ। ਰੱਬ ਐਸਾ ਨਹੀਂ, ਬੰਦਾ ਬੰਦੇ ਦੇ ਔਗਣ ਦੇਖ ਕੇ ਸੱਚੀ ਮੁੱਚੀ ਉਹਨੂੰ ਮਿਲਣਾ ਬੰਦ ਕਰ ਦਿੰਦਾ, ਪਰ ਪਰਮਾਤਮਾ ਜੀ ਕਰਦੇ ਕੀ ਆ, ਮਹਾਰਾਜ ਕਹਿੰਦੇ ਨੇ ਦੀਨ ਦਇਆਲ ਦਇਆ ਨਿਧ, ਦਇਆ ਦਾ ਖਜ਼ਾਨਾ ਹੈ, ਦੋਖਨ ਦੇਖਤ ਹੈ, ਹੇਠ ਨਹੀਂ ਕਰਦਾ, ਤਾਂ ਹੀ ਮੈਂ ਕਿਹਾ ਸੁਦਾ ਪ੍ਰੇਮ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਉਹ ਗੁਨਾਹ ਦੇਖਦਾ ਹੈ ਪਰ ਦੇਣ ਲੱਗਿਆ ਉਹ ਕਦੀ ਹੱਥ ਪਿੱਛੇ ਨਹੀਂ ਕਹਿੰਦਾ। ਅਗਲੀ ਗੱਲ, ਕਦੀ ਉਹ ਦੇਖ ਕੇ ਪਛਤਾਉਂਦਾ ਵੀ ਨਹੀਂ, ਪ੍ਰੇਮ ਵਿੱਚ ਕਦੀ ਪਛਤਾਇਆ ਨਹੀਂ ਜਾਂਦਾ। ਲਾਲਚੀ ਬੰਦੇ ਪਛਤਾਉਂਦੇ ਹੁੰਦੇ ਆ, ਸਵਾਰਥੀ ਪਛਤਾਉਂਦੇ ਹੁੰਦੇ ਆ, ਪ੍ਰੇਮ ਕਰਨ ਵਾਲਾ ਰੱਬ ਕਦੀ ਪਛਤਾਉਂਦਾ ਨਹੀਂ। ਮੰਨ ਲਓ ਆਪਾਂ ਕਿਸੇ ਦੀ ਮਦਦ ਕੀਤੀ, ਇਨਸਾਨੀ ਜਾਮੇ 'ਚ ਕਹਿ ਰਹੇ, ਕੁਝ ਸਮੇਂ ਬੰਦਾ ਉਹ ਸਾਡੇ ਵਿਪਰੀਤ ਹੋ ਗਿਆ, ਉਲਟ ਹੋ ਗਿਆ, ਤੇ ਅਸੀਂ ਕਹਿੰਦੇ ਜੇ ਸਾਨੂੰ ਪਤਾ ਹੁੰਦਾ ਤੇ ਅਸੀਂ ਇਸ ਬੰਦੇ ਨੂੰ ਨੇੜੇ ਨਾ ਲੱਗਣ ਦਿੰਦੇ। ਰੱਬ ਜੀ ਐਸਾ ਨਹੀਂ, ਉਹਨੂੰ ਪਤਾ ਵੀ ਔਗਣ ਕਰਦਾ ਤੇ ਦੇਣ ਤੋਂ ਬਾਅਦ ਕਦੀ ਪਛਤਾ ਕੇ ਨਹੀਂ ਕਹਿੰਦਾ ਕਿ ਮੈਨੂੰ ਪਤਾ ਹੁੰਦਾ ਤੇ ਮੈਂ ਇਹਦਾ ਸਭ ਕੁਝ ਬੰਦ ਕਰ ਦਿੰਦਾ। ਇਸੇ ਕਰਕੇ ਉਸਦੇ ਪ੍ਰੇਮ ਦਾ ਸਰੂਪ ਇਹ ਵੀ ਹੈ, ਇਹ ਮਨ ਖਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾ। ਤਿੰਨ ਬੇਨਤੀਆਂ ਮੈਂ ਕੀਤੀਆਂ ਵੀ ਇੱਕ ਤਾਂ ਉਹ ਦੇਣ ਵਾਲਾ ਦਾਤਾ ਦਿੰਦਾ, ਬੰਦੇ ਥੱਕ ਜਾਂਦੇ ਆ, ਦੇਣ ਵਾਲੇ ਦਾ ਭੰਡਾਰਾ ਨਹੀਂ ਉੱਠਦਾ। ਦੂਸਰੀ ਮੈਂ ਆਪ ਜੀ ਨੂੰ ਬੇਨਤੀ ਇਹ ਕੀਤੀ, ਉਹ ਔਗਣ ਦੇਖਦਾ, ਗੁਨਾਹ ਦੇਖਦਾ ਪਰ ਦੇਖ ਕੇ ਵੀ ਝੋਲੀ ਭਰੀ ਜਾਂਦਾ ਹੈ। ਤੀਸਰੀ ਬੇਨਤੀ ਕੀਤੀ, ਕਦੀ ਉਹ ਆਪਣੇ ਕੀਤੇ ਤੇ ਪਛਤਾਵਾ ਹੀ ਨਹੀਂ ਕਰਦਾ ਕਿ ਮੈਂ ਇਵੇਂ ਇਸ ਭੈੜੇ ਬੰਦੇ ਨੂੰ ਜਿੰਨਾ ਕੋਈ ਦੇ ਦਿੱਤਾ। ਦੇਹ ਨਾ ਪਛੋਤਾ, ਇਸ ਤੋਂ ਅੱਗਾ ਥੋੜ੍ਹਾ ਜਿਹਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਘਰ ਵਿੱਚ ਪ੍ਰੇਮਾ ਭਗਤੀ ਦੀ ਥਾਂ ਪਿਆਰੋ ਯਾਦ ਰੱਖਿਓ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਪ੍ਰੇਮਾ ਭਗਤੀ ਕਰਨ ਵਾਲੀ ਸੁਰਤ ਕੋਈ ਜ਼ਰੂਰ ਨਹੀਂ ਉਹ ਵਿਦਵਾਨਾਂ ਦੀ ਤਰ੍ਹਾਂ ਨੇ ਬਹੁਤ ਗ੍ਰੰਥ ਵੀ ਪੜ੍ਹੇ, ਕਿਉਂਕਿ ਆਮ ਤੌਰ 'ਤੇ ਅਸੀਂ ਅੱਜ ਜਦੋਂ ਬਾਣੀ ਦੀ ਗੱਲ ਚੱਲਦੀ ਚਾਰ ਬੰਦੇ ਬਣੀ ਕਿ ਪੜ੍ਹੇ ਲਿਖੇ ਬੰਦੇ ਚਾਹੀਦੇ ਆ, ਪੜ੍ਹੇ ਲਿਖੇ ਬੰਦੇ ਚਾਹੀਦੇ, ਮੈਂ ਕਹਿੰਦਾ ਚਾਹੀਦਾ ਪੜ੍ਹੇ ਲਿਖੇ ਬੰਦੇ, ਫਾਰਸੀ ਦੇ ਜਾਣਕਾਰ ਚਾਹੀਦੇ ਨੇ, ਅਰਬੀ ਦੇ ਜਾਣਕਾਰ ਚਾਹੀਦੇ ਨੇ, ਸੰਸਕ੍ਰਿਤ ਦੇ ਜਾਣਕਾਰ ਚਾਹੀਦੇ ਨੇ। ਬ੍ਰਜ ਭਾਸ਼ਾ ਬਹੁਤ ਜ਼ਰੂਰੀ ਹੈ ਸਮਝਣੀ, ਕਿਉਂਕਿ ਸਿੱਖ ਕਾਵਕ ਗ੍ਰੰਥਾਂ ਦੇ ਅਰਥ ਹੀ ਨਹੀਂ ਸਮਝ ਪੈਣੇ ਜੇ ਬ੍ਰਜ ਭਾਸ਼ਾ ਨਹੀਂ ਹੈਗੀ। ਸਭ ਕੁਝ ਚਾਹੀਦਾ ਪਰ ਸਭ ਕੁਝ ਜਾਣਨ ਤੋਂ ਪਹਿਲਾਂ ਅੰਦਰ ਦੀ ਭਾਵਨਾ ਬਹੁਤ ਜ਼ਰੂਰੀ ਹੈ। ਜੇ ਅੰਦਰ ਦੀ ਭਾਵਨਾ ਨਾ ਪੈਦਾ ਹੋਈ ਤੇ ਪਿਆਰਿਓ ਅੱਖਰ ਸਿਰਫ ਇਸ ਤਰ੍ਹਾਂ ਬੋਝ ਬਣ ਕੇ ਰਹਿ ਜਾਂਦੇ ਆ ਜਿਵੇਂ ਖੋਤੇ ਉੱਤੇ ਲੱਗੀ ਹੋਈ ਕੀਮਤੀ ਚੰਦਨ ਦੀ ਲੱਕੜ। ਜਿਹਨੂੰ ਸਤਿਗੁਰੂ ਨੇ ਬਾਣੀ 'ਚ ਇੱਕ ਬਚਨ ਵੀ ਕੀਤਾ ਕਿ ਜੇ ਪ੍ਰੇਮ ਨਹੀਂ ਭਾਵਨਾ ਨਹੀਂ ਤੇ ਅੱਖਰ ਉਹਦੇ ਕੋਲ ਗਏ ਨੇ, ਸ਼ਬਦਾਵਲੀ ਗਏ, ਸਭ ਕੁਝ ਹੈ ਉਹ, ਇਹ ਗੱਲ ਹੋਰ, ਇਹ ਕੋਈ ਜ਼ਰੂਰੀ ਨਹੀਂ
ਜਿਹੜਾ ਬੰਦਗੀ ਕਰਦਾ ਹਰ ਤਰਕ ਦਾ ਉੱਤਰ ਵੀ ਦੇਵੇ। ਹੈ ਇਬਾਦਤ ਚ ਵੀ ਜਾ, ਹਰ ਤਰਕ ਦਾ ਉੱਤਰ ਨਹੀਂ ਦੇਵੇਗਾ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਚ ਸਭ ਤੋਂ ਜ਼ਿਆਦਾ ਸਮਾਜ ਦਾ, ਪੁਜਾਰੀਵਾਦ ਦਾ, ਹਕੂਮਤ ਦਾ, ਜ਼ੁਲਮ ਦਾ ਜਿਹਨੇ ਉੱਤਰ ਦਿੱਤਾ ਉਹ ਭਗਤ ਕਬੀਰ ਜੀ ਨੇ ਦਿੱਤਾ। ਪਰ ਇੱਕ ਜਗ੍ਹਾ ਤੇ ਆ ਕੇ ਉਹਨਾਂ ਨੇ ਕਹਿ ਦਿੱਤਾ, ਜਦੋਂ ਨਗੋਰਾ ਬਹੁਤੀਆਂ ਗੱਲਾਂ ਕਰੇ ਤੇ ਉਹਨੂੰ ਉੱਤਰ ਨਹੀਂ ਦੇਣਾ ਹੁੰਦਾ। ਦੇਖੋ ਹਰ ਚੀਜ਼ ਦਾ ਉੱਤਰ ਦਿੱਤਾ ਉਹਨਾਂ, ਕੀ ਪਰਿਵਾਰ ਨੂੰ ਉੱਤਰ ਨਹੀਂ ਦਿੱਤਾ? ਜਿਵੇਂ ਮੁਸਲ ਸਰੋਵਰ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇ ਰਗੁਰਾਈ, ਤੰਨਾ ਗੁੰਨਾ ਸਭ ਤਜਵਾ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਹਦੇ ਅਖੀਰ ਵਿੱਚ ਉੱਤਰ ਦੇ ਕੇ ਨੇ, ਕਹਿਤ ਕਬੀਰ ਸੁਣੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਗੁਰਾਈ, ਉੱਤਰ ਦਿੱਤਾ। ਜਾਤ ਪਾਤ ਦੀ ਗੱਲ ਚੱਲੀ ਤੇ ਉਸ ਮਹਾਂਪੁਰਖ ਨੇ ਇਹ ਨਹੀਂ ਕਿਹਾ ਮੇਰੀ ਨੀਵੀਂ ਜਾਤ, ਮੈਂ ਕਹਿੰਦਾ ਕਮਾਲ ਹੋ ਗਈ ਬੰਦਗੀ ਦੀ। ਇਹ ਹੈ ਇਬਾਦਤ ਦੀ ਚਮਤਕਾਰ ਕਿ ਲੋਕਾਂ ਨੇ ਕਿਆ ਜੁਲਾਹਾ, ਉਹਨਾਂ ਨੇ ਉਹਦਾ ਉੱਤਰ ਵੀ ਦਿੱਤਾ ਕਿ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ, ਕਾਹੇ ਨੇ ਆ ਤੇਰੇ ਜੰਮਣ ਦਾ ਰਾਹ ਕੋਈ ਹੋਰ, ਉੱਤਰ ਹੀ ਦਿੱਤਾ ਨਾ। ਪਰ ਆਪਣੀ ਜਾਤ ਦੀ ਗੱਲ ਕਰਦਿਆਂ ਕਹਿਣ ਲੱਗੇ, ਮੈਂ ਕੁਰਬਾਨ ਜਾਵਾਂ ਇਸ ਜੁਲਾਹਿਆਂ ਦੀ ਜਾਤ ਤੋਂ, ਘੱਟੋ ਘੱਟ ਜੁਲਾਹਿਆਂ ਤੱਕ ਪੈਦਾ ਹੋ ਕੇ ਮੈਂ ਰੱਬ ਤੱਕ ਪਹੁੰਚ ਗਿਆ। ਕਬੀਰ ਮੇਰੀ ਜਾਤ ਕੋ ਸਭ ਤੋਂ ਹਸਨ ਖਾਰ, ਪਰ ਉਹਨਾਂ ਇਹ ਨਹੀਂ ਕਿ ਮੇਰੀ ਜਾਤ ਗਲਤ, ਮੈਂ ਜਾਤ ਉਡਾਉਂਦੇ ਲੋਕੀ ਕਹਿੰਦੇ ਨਹੀਂ, ਕਬੀਰ ਮੇਰੀ ਜਾਤ ਕੋ ਸਭ ਤੋਂ ਹਸਨ ਖਾਰ, ਬਲਹਾਰੀ ਇਸ ਜਾਤ ਕੋ ਜੇ ਜਪਿਓ, ਬਲਹਾਰੀ ਇਸ ਜਾਤ ਕੋ ਕਿਆ, ਇਹਦਾ ਮਤਲਬ ਉੱਤਰ ਦਿੱਤਾ। ਇਹ ਗੱਲ ਹੋਰ, ਉਹਨਾਂ ਤੇ ਤਸ਼ੱਦਦ ਹੁੰਦਾ ਕਿਉਂਕਿ ਕੁਛ ਭਗਤਾਂ ਨੇ, ਮਹਾਂਪੁਰਖਾਂ ਨੇ ਆਪਣੇ ਤਸ਼ੱਦਦ ਦਾ ਜ਼ਿਕਰ ਕੀਤਾ ਹੈ, ਖਾਸ ਕਰਕੇ ਨਾਮਦੇਵ ਜੀ ਨੇ। ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਹਾਰੇ ਕਾਮਾ। ਇੱਥੇ ਜ਼ਿਆਦਾ ਮੈਂ ਪ੍ਰਮਾਣ ਤਾਂ ਦੇ ਰਿਹਾ, ਮੈਨੂੰ ਪਤਾ ਕਿ ਇੱਥੇ ਜਦੋਂ ਸ਼ਾਮ ਨੂੰ ਕੀਰਤਨ ਹੁੰਦਾ, ਸਵੇਰੇ ਹੁੰਦਾ, ਜਿੰਨੇ ਪ੍ਰਮਾਣ ਕੀਰਤਨ ਦੇ ਇੱਥੇ ਦਿੱਤੇ ਜਾਂਦੇ, ਸ਼ਹਿਰ ਕਿਤੇ ਦਿੱਤੇ ਜਾਂਦੇ ਨੇ, ਤਾਂ ਮੈਂ ਅੱਜ ਕੱਲ੍ਹ ਵਿਸ਼ਾ ਇਸ ਨੂੰ ਬਣਾ ਕੇ ਚੁੱਕਿਆ ਕਿ ਉਹਦੇ ਵਿੱਚ ਆਹ ਜਿਹੜਾ ਸ਼ਬਦ ਹੈ ਕਿ ਸੁਲਤਾਨ ਪੁੱਛੇ ਸੁਣ ਦੇ ਨਾਮਾ, ਦੇਖੋ ਰਾਮ ਤੁਹਾਰੇ ਕਾਮਾ, ਉਹ ਤਸੀਹ ਦਾ ਜ਼ਿਕਰ ਹੈ। ਪਾਮੋ ਬੈਗੀ ਖਾਤੋਂ ਤਾਲ ਨਾਮਾ ਗਾਵੇ ਗੁਣ ਗੋਪਾਲ। ਉਸ ਤੋਂ ਬਾਅਦ ਮੈਂ ਕਬੀਰ ਸਾਹਿਬ ਦੀ ਗੱਲ ਕਰ ਰਿਹਾ, ਉੱਤਰ ਦਿੱਤਾ ਗੰਗ ਗੁਸਾਇਣ ਗੈਰ ਗੰਭੀਰ, ਉਹਦਾ ਉੱਤਰ ਦਿੱਤਾ, ਮਨ ਨਾ ਡਿੱਗੈ ਤਨ ਕਾਏ ਕੋ ਡਰਾਏ, ਚਰਨ ਕਮਲ ਚਿਤ ਰਹੇ ਉਸ ਸਮਾਏ, ਜਾਂ ਪੂਜਾ ਬਾਂਧ ਪਿਲਾ ਕਰ ਜਾ ਰਹੇ ਹਸਤੀ ਕਰੋ ਮੂੰਡ ਮੈਂ ਮਾਰਿਓ। ਇਹ ਸ਼ਬਦ ਗਏ, ਪਰ ਗੁਰਮਖੋ ਮੈਂ ਇੱਕ ਜਗ੍ਹਾ ਤੇ ਇਹਨੂੰ ਕਮਜ਼ੋਰੀ ਨਾ ਸਮਝਿਓ, ਜਿਨ੍ਹਾਂ ਨੇ ਆਤਮਿਕ ਜੀਵਨ ਕਮਾਉਣਾ ਹੈ, ਜਿਨ੍ਹਾਂ ਨੇ ਸੱਚੀ ਮੁੱਚੀ ਰੱਬ ਨੂੰ ਮੁਹੱਬਤ ਕਰਨੀ ਹੈ, ਉਹ ਕਦੀ ਈਰਖਾ ਵਾਲੀ ਥਾਂ ਤੇ ਜ਼ਿਆਦਾ ਸਮਾਂ ਟਿਕਦੇ ਨਹੀਂ ਹੁੰਦੇ, ਥਾਂ ਛੱਡ ਜਾਣਗੇ। ਜਿਹਦੇ ਕੋਲ ਕਮਾਈ ਉਹ ਜੰਗਲ ਵਿੱਚ ਵੀ ਮੰਗਲ ਲਾ ਲੂਗਾ, ਯਾਦ ਰੱਖੋ ਜਿਹੜਾ ਈਰਖਾ ਨਾਲ ਭਰਿਆ ਤੇ ਉਹ ਮੰਗਲ ਨੂੰ ਵੀ ਜੰਗਲ ਬਣਾ ਕੇ ਰੱਖ ਦੂਗਾ। ਜਿਸ ਕੋਲ ਕਮਾਈ ਹੈ ਉਹ ਜੰਗਲ 'ਚ ਵੀ ਬੈਠ ਜਾਏ ਤੇ ਉੱਥੇ ਵੀ ਲਹਿਰਾਂ ਬਹਿਰਾਂ ਰੂਹਾਨੀਆਂ ਦੀਆਂ ਲੱਗ ਜਾਣੀਆਂ ਨੇ, ਤੇ ਜਿਹੜਾ ਅੰਦਰੋਂ ਈਰਖਾ ਨਾਲ ਭਰਿਆ ਯਾਦ ਰੱਖਿਓ ਮੰਗਲ ਨੂੰ ਵੀ ਜੰਗਲ ਬਣਾ ਕੇ ਚਲਾ ਜਾਂਦਾ। ਹੁਣ ਦੇਖੋ ਕਬੀਰ ਸਾਹਿਬ ਦੀ ਕਮਜ਼ੋਰੀ ਨੇ, ਇਹੀ ਕਾਰਨ ਮੈਂ ਕਈ ਵਾਰੀ ਕਹਿੰਦਾ ਕਿ ਆਪ ਸਭ ਨੂੰ ਪਤਾ ਹੈ ਜਿਸ ਵਕਤ ਗੁਰੂ ਨਾਨਕ ਸਾਹਿਬ ਨੇ ਚੋਲਾ ਤਿਆਗਿਆ, ਸੱਚਖੰਡ ਪਿਆ ਨਾ ਕੀਤਾ, ਸੱਚ ਇਹ ਗੁਰੂ ਅੰਗਦ ਸਾਹਿਬ ਉਦਨ ਉੱਥੇ ਨਹੀਂ ਸੀ, ਹਜ਼ੂਰ ਖਡੂਰ ਆ ਚੁੱਕੇ ਸਨ। ਕਿਉਂਕਿ ਅਧਿਆਤਮਿਕ ਜੀਵਨ ਵਾਲਾ ਈਰਸ਼ਾ ਤੋਂ ਆਪਣੇ ਆਪ ਨੂੰ ਬਹੁਤ ਬਚਾਉਣਾ ਚਾਹੁੰਦਾ,
ਕਬੀਰ ਸਾਹਿਬ ਜੀ ਨੇ ਬਾਣੀ ਚ ਹਰ ਦਾ ਉੱਤਰ ਦਿੱਤਾ ਤੇ ਜਦੋਂ ਇਹ ਗੱਲ ਚੱਲ ਪਈ ਤਾਰਕਿਕ ਦੀ ਹਰ ਗੱਲ ਦਾ ਉੱਤਰ ਦਿਓ ਫਿਰ ਦੋ ਜਗ੍ਹਾ ਤੇ ਉਹਨਾਂ ਦੇ ਬਚਨ ਖਾਸ ਕਰਕੇ ਕਹਿਣ ਲੱਗੇ ਐਸੇ ਲੋਗਨ ਸਿਉਂ ਕਿਆ ਕਹੀਏ ਕੀ ਕਹਾਂ ਕੀ ਦਲੀਲ ਗਿਆ ਇਹਦਾ ਮਤਲਬ ਖਾਮੋਸ਼ੀ ਦਾ ਜ਼ਿਕਰ ਕੀਤਾ ਐਸੇ ਲੋਗਨ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਉਂਦੇ ਰਹੀਏ ਕੀ ਕਬੀਰ ਸਾਹਿਬ ਕੋਲ ਉੱਤਰ ਨਹੀਂ ਕਿਉਂਕਿ ਜਦੋਂ ਉਹ ਪੁੱਛ ਰਿਹਾ ਤਰਕ ਕਰਨ ਵਾਲਾ ਹਰ ਗੱਲ ਈਰਖਾ ਚ ਪੁੱਛੇਗਾ ਈਰਖਾ ਦਾ ਕਦੀ ਉੱਤਰ ਨਹੀਂ ਹੁੰਦਾ ਸੁਖਿਰਤਾ ਦਾ ਉੱਤਰ ਜ਼ਰੂਰ ਹੁੰਦਾ ਕਹਿਣ ਲੱਗੇ ਐਸੇ ਲੋਕਾਂ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਉਂਦੇ ਰਹੀਏ ਗੁਰੂ ਨਾਮ ਵੱਲ ਇਸ਼ਾਰਾ ਵੀ ਕਰ ਦਿੱਤਾ ਕੌਣ ਹੁੰਦੇ ਨੇ ਆਪ ਨਾ ਦੇ ਚੁਰੂ ਭਰ ਪਾਣੀ ਆਪ ਚੁਲੀ ਪਾਣੀ ਵੀ ਕਿਸੇ ਨੂੰ ਦਿੱਤੀ ਤੇ ਨਿੰਦਾ ਜੇ ਗੰਗਾ ਆਨੀ ਇਹ ਭਗੀਰਥ ਵਰਗੇ ਦੀ ਨਿੰਦਿਆ ਕਰ ਦਿੰਦੇ ਨੇ ਜਿੰਨੇ ਗੰਗਾ ਧਰਤੀ ਤੇ ਲੈ ਕੇ ਆਉਂਦੇ ਮਤਲਬ ਤੇ ਸਿਰਫ ਇਹੀ ਕਰਾਂਗੇ ਨਾ ਉਹਨਾਂ ਨੇ ਕਿਹਾ ਇਹਨਾਂ ਨੂੰ ਡਰਾਉਂਦੇ ਰਹੀਏ ਇੱਕ ਉਹਨਾਂ ਦਾ ਵਚਨ ਹੈ ਸੱਚ ਇਹ ਵੀ ਜਿਵੇਂ ਆਹ ਬੋਲਣ ਦਾ ਇੱਥੇ ਕਲਾ ਸਿਖਾਈ ਜਾਂਦੀ ਬਾਹਰ ਦੇ ਲੋਕਾਂ ਨੇ ਤੁਸੀਂ ਕਿਵੇਂ ਬੋਲਣਾ ਹੈ ਕਿਵੇਂ ਲੋਕਾਂ 'ਚ ਵਿਚਰਨਾ ਹੈ ਪਰਸਨੈਲਿਟੀ ਨੂੰ ਬਣਾਉਣ ਵਾਸਤੇ ਹੈ ਨਾ ਇਸਦੀ ਬੰਦੇ ਦੀ ਸ਼ਖਸੀਅਤ ਕਿਵੇਂ ਬਣੀ ਮੈਂ ਕਹਿੰਦਾ ਸਿੱਖਾਂ ਦੀ ਸ਼ਖਸੀਅਤ ਇਹ ਸ਼ਬਦ ਨਾਲ ਬਣ ਜਾਏਗੀ ਕੀ ਬੋਲਣਾ ਤੇ ਕਿੱਥੇ ਚੁੱਪ ਹੋਣਾ ਸੰਤ ਮਿਲੇ ਕਿਛ ਸੁਣੀਆਂ ਕਹੀਏ ਜਿੱਥੇ ਕੋਈ ਅੰਦਰ ਵਾਲਾ ਮਿਲਦਾ ਉਹਦੇ ਨਾਲ ਗੱਲ ਕਰ ਹੁਣ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਨਹੀਂ ਬੋਲ ਰਿਹਾ ਉਹਦੇ ਪੱਲੇ ਕੁਛ ਨਹੀਂ ਆਹ ਮੇਰੇ ਸਾਹਮਣੇ ਹਾਰਮੋਨੀਅਮ ਪਏ ਦੋ ਉਹ ਜੋੜੀ ਪਈ ਹੈ ਇਹ ਖਾਮੋਸ਼ ਨੇ ਨਾ ਇਹ ਬੋਲਦਾ ਨਾ ਇਹ ਬੋਲਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਇਹਨਾਂ ਦੇ ਪੱਲੇ ਕੁਛ ਨਹੀਂ ਦੁਨੀਆਂ ਭਰ ਦਾ ਸੰਗੀਤ ਇਹਨਾਂ ਸੱਤ ਸੁਰਾਂ ਦੇ ਵਿੱਚ ਭਰਿਆ ਪਿਆ ਹੈ ਤਿੰਨ ਸੱਤ ਜਿਹੜੇ ਨੇ ਇਹਨਾਂ ਸੱਤਾਂ ਸੁਰਾਂ ਵਿੱਚ ਮੈਂ ਦੁਨੀਆਂ ਭਰ ਦੇ ਰਾਗ ਨੇ ਪਰ ਮੇਰੇ ਵਾਸਤੇ ਸਿਰਫ ਲੱਕੜ ਦਾ ਡੱਬਾ ਇਹ ਉਹਦੇ ਲਈ ਬੋਲੇਗਾ ਜਿਹਨੂੰ ਰਾਗ ਕੱਢਣ ਦੀ ਜਾਚ ਆਉਂਦੀ ਬੋਲੇ ਜਿਹਨੂੰ ਸੁਰ ਲੱਭਣੀ ਆਉਂਦੀ ਹੈ ਉਹੀ ਤਾਂ ਕੱਢੂਗਾ ਰਾਗ ਨਾ ਮੇਰੇ ਲਈ ਤਬਲਾ ਸਿਰਫ ਇੱਕ ਚੰਮ ਮਿਲਿਆ ਜੋੜੀ ਪਰ ਦੁਨੀਆਂ ਭਰ ਦੇ ਤਾਲ ਨੇ ਵਿੱਚ ਪਏ ਪਰ ਕੱਢੇਗਾ ਉਹਦੇ ਲਈ ਜਿਹਨੂੰ ਵਜਾਣਾ ਹੁੰਦਾ ਹੈ ਬੰਦਗੀ ਵਾਲਾ ਭਰਿਆ ਹੋਇਆ ਭਾਂਡਾ ਕਪਟੀ ਨਹੀਂ ਯਾਦ ਰੱਖੋ ਸਭ ਕੁਝ ਉਹਦੇ ਅੰਦਰ ਹੈ ਪਰ ਬੋਲੇਗਾ ਉਹਦੇ ਲਈ ਜਿਹਨੂੰ ਸੁਰ ਦੱਬਣ ਦੀ ਜਾਚ ਜਿਹਨੂੰ ਪਤਾ ਹੈ ਮੈਂ ਆਪ ਨੂੰ ਜਿਹੜੀ ਫਿਰ ਬੇਨਤੀ ਕਰਨ ਲੱਗਾ ਵਿਸ਼ੇ ਤੋਂ ਦੂਰ ਨਹੀਂ ਜਾਂਦਾ ਮੈਂ ਅਰਜ਼ ਕੀਤੀ ਜਿਹੜੇ ਰੱਬ ਨੂੰ ਇਸ਼ਕ ਕਰਦੇ ਆ ਉਹਦੇ ਦੀਦਾਰ ਵਿੱਚ ਬੈਠੇ ਆ ਹਾਂ ਇੱਕ ਗੱਲ ਹੋਰ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸਾਡੇ ਮਨ 'ਚ ਆਵੇਗਾ ਵੀ ਉਹਨੂੰ ਇਸ਼ਕ ਕਿਵੇਂ ਕਰੀਏ ਕਿਵੇਂ ਮੁਹੱਬਤ ਕਰੀਏ ਕੀ ਤਰੀਕਾ ਹੈ ਪਿਆਰ ਕਰਨ ਦੇ ਕਿਹੜੇ ਤਰੀਕੇ ਹੁੰਦੇ ਇਹਦੀ ਕੋਈ ਸਕੂਲਿੰਗ ਹੁੰਦੀ ਇੱਕ ਇੱਕ ਔਰਤ ਹੈ ਮੈਂ ਫਿਰ ਬੇਨਤੀ ਕਰਾਂ ਇੱਕ ਬੱਚੀ ਫੀਮੇਲ ਬੇਟੀ ਦਾ ਜਨਮ ਹੋਇਆ ਉਸ ਲਈ ਉਸ ਵਿੱਚ ਆਪਣੇ ਮਾਪਿਆਂ ਦੀ ਮੋਹ ਹੈ ਉਹ ਵਿਆਹੀ ਜਾਂਦੀ ਹੈ ਪਤੀ ਨਾਲ ਉਹਦੀ ਮੁਹੱਬਤ ਹੈ ਪਰ ਉਹਦਾ ਕੋਈ ਤਜਰਬਾ ਨਹੀਂ ਆਪਣੇ ਬੱਚੇ ਨੂੰ ਦੁੱਧ ਪਿਆਉਣ ਦਾ ਕੋਈ ਸਕੂਲ ਨਹੀਂ ਉਹਦੀ ਪਰ ਜਦੋਂ ਉਹਦੀ ਕੁੱਖ ਵਿੱਚੋਂ ਸੰਤਾਨ ਜਨਮ ਲੈਂਦੀ ਹੈ ਗੁਰਮੁਖੋ ਉਹ ਮੁਹੱਬਤ ਸੁੱਤੇ ਸਿੱਧ ਆਪਣੇ ਬੱਚੇ ਲਈ ਪੈਦਾ ਹੁੰਦੀ ਹੈ ਉਹਨੂੰ ਨਾ ਕੋਈ ਬੰਦਾ ਸਿਖਾਉਂਦਾ ਹੈ ਨਾ ਕੋਈ ਡਾਕਟਰ ਸਿਖਾਉਂਦਾ ਹੈ ਸੱਚ ਇਹ ਰੱਬ ਦੀ ਮੁਹੱਬਤ ਵੀ ਉਹਦੀ ਮਿਹਰ ਨਾਲ ਪੈਦਾ ਹੁੰਦੀ ਹੈ ਇਹਦੀਆਂ ਜੁਗਤਾਂ ਕੋਈ ਨਹੀਂ ਪਾਉਂਦੀਆਂ ਪੁੱਛਦੇ ਹੋ ਜੀ ਕਿਹੜੀ ਜੁਗਤ ਹੈ
ਪਰ ਉਂਝ ਸਤਿਗੁਰੂ ਨੇ ਇਸ਼ਾਰਾ ਕੀਤਾ, ਕਹਿੰਦੇ ਜੇ ਤੂੰ ਪੈਦਾ ਕਰਨਾ ਚਾਹੁੰਦਾ ਮੈਂ ਦੁਨਿਆਵੀ ਤੌਰ ਤੇ ਸ਼ਬਦ ਵਰਤਿਆ, ਆਪ ਚੌਥੀ ਪੌੜੀ ਦਾ ਪਾਠ ਕਰੋ। ਉਂਝ ਵੈਸੇ ਸਾਰੀ ਬਾਣੀ ਚ ਕਿਹਾ ਕਿ ਪਰਮਾਤਮਾ ਨੂੰ ਇਸ ਤਰ੍ਹਾਂ ਪਿਆਰ ਕਰ, ਉਦਾਹਰਨਾਂ ਦਿੱਤੀਆਂ ਨੇ ਵੀ ਇਸ ਤਰ੍ਹਾਂ ਪਿਆਰ ਕਰ, ਪਰ ਉਹ ਇਸ ਤਰ੍ਹਾਂ ਪਿਆਰ ਤਾਂ ਪੈਦਾ ਹੋਵੇਗਾ ਜੇ ਉਸ ਤਰ੍ਹਾਂ ਦੀ ਅਵਸਥਾ ਬਣੀ। ਰੇਮਨ ਐਸੀ ਖਾਸੋਂ ਪ੍ਰੀਤ ਕਰ ਜੈਸੀ ਮੱਛਲੀ ਮੀਰ, ਕਿਆ ਜ਼ਰੂਰ ਹੈ ਮਨਾ ਤੂੰ ਪਿਆਰ ਕਰ। ਰੇਮਨ ਐਸੀ ਖਾਸੋਂ ਪ੍ਰੀਤ ਕਰ ਜੈਸੀ ਜਲ ਕਮਲੇ, ਇੱਥੇ ਕਿਆ ਤੂੰ ਐਸੀ ਪ੍ਰੀਤ ਕਰੋ ਮਨ ਮੇਰੇ। ਪਰ ਗੁਰਮੁਖੋ ਪਾਠ ਕਰਦੇ ਹਾਂ, ਸਤਿਗੁਰੂ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ 'ਚ ਜੋ ਬਾਣੀ ਦੀ ਤਰਤੀਬ ਹੈ, ਸਭ ਤੋਂ ਪਹਿਲਾਂ ਰੱਬ ਨੂੰ ਕਿਹਾ ਤੂੰ ਕਿਵੇਂ ਪਿਆਰ ਕਰ। ਫਿਰ ਮੇਰੇ ਕਿਸੇ ਨੂੰ ਮੈਂ ਰਿਪੀਟ ਕਰ ਲੈਂਦਾ, ਉਂਝ ਸਾਰੀ ਬਾਣੀ 'ਚ ਮਿਲੇਗਾ ਮਨਾ ਤੂੰ ਪਿਆਰ ਕਰ, ਐਸਾ ਪਿਆਰ ਕਰ, ਇਵੇਂ 'ਚ ਪਿਆਰ ਕਰ। ਪਰ ਗੁਰੂ ਨਾਨਕ ਸਭ ਤੋਂ ਪਹਿਲਾਂ ਮੈਂ ਹੁਣੇ ਆਪਣੀ ਸ਼ਬਦ ਵਰਤਿਆ ਕਿ ਰੱਬ ਜਿਹੜਾ ਪ੍ਰੇਮ ਸਰੂਪ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਕਿਵੇਂ ਪਿਆਰ ਕਰ। ਮਨ ਨੂੰ ਨਹੀਂ ਕਿਹਾ, ਪਰਮਾਤਮਾ ਨੂੰ ਕਿਹਾ। ਹੁਣ ਇਹ ਪੌੜੀ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਵਾਹਿਗੁਰੂ ਸੱਚਾ ਹੈ, ਸੱਚ ਇਹ ਉਹਦਾ ਨਾਮ ਸੱਚਾ ਹੈ, ਉਸ ਦੀ ਭਾਖਿਆ ਉਹਦੀ ਭਾਸ਼ਾ ਜੋ ਬੋਲਦਾ ਉਹਦੀ ਬੋਲੀ ਕੇਵਲ ਪ੍ਰੇਮ ਹੈ, ਤਾਂ ਅਰਜ਼ ਕੀਤੀ ਸੁਧਾ ਪ੍ਰੇਮ ਹੈ। ਭਾਖਿਆ ਭਾਓ ਅਪਾਰ ਪ੍ਰੇਮ ਦੀ ਬੋਲੀ ਸਮਝਦਾ ਹੈ, ਤੇ ਪ੍ਰੇਮ ਦੀ ਮੈਂ ਬੋਲੀ ਲਵੀ ਵਰਤ ਦਿੱਤਾ, ਫਿਰ ਵੀ ਬੋਲੀ ਦਾ ਸੰਬੰਧ ਖਾਲਾ ਕੇ ਮੌਖਿਕ ਸ਼ਬਦਾਂ ਨਾਲ ਹੁੰਦਾ ਹੈ। ਪਰ ਗੁਰਮੁਖੋ ਮੁਹੱਬਤ ਵਾਸਤੇ ਕੋਈ ਜ਼ਬਾਨ ਦੇ ਬੋਲ ਜ਼ਰੂਰੀ ਨਹੀਂ, ਸੱਚ ਇਹਵੇਂ ਸੀਨੇ ਦਾ ਦਰਦ ਅੱਖਾਂ ਦਾ ਪਾਣੀ ਹੀ ਮੁਹੱਬਤ ਬਣਦਾ। ਉੱਥੇ ਦੀ ਉਹਦੇ ਲਈ ਕਿਹੜੇ ਅਰਥ ਨੇ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਅੱਖ ਹੈ ਅਸੀਂ ਆਖਦੇ ਹਾਂ, ਮੰਗ ਹੈ ਅਸੀਂ ਤੇਰੇ ਦਰ ਤੋਂ ਮੰਗਦੇ ਹਾਂ, ਦੇਹ ਦੇਹ ਸਾਨੂੰ ਆ ਚੀਜ਼ ਦੇ ਕੇ ਦਾਤ ਦੇ, ਤੁਸੀਂ ਸੁਣਦੇ ਹੋ ਸਾਡੇ ਆਖੇ ਨੂੰ, ਦਾਤ ਕਰੇ ਦਾਤਾਰ, ਫਿਰ ਤੁਸੀਂ ਦਾਤ ਵੀ ਦਿੰਦੇ ਹੋ, ਦਾਤ ਕਰੇ ਦਾਤਾਰ, ਫਿਰ ਕਿ ਅੱਗੇ ਰੱਖੀ ਹੈ, ਕਿਹੜੀ ਚੀਜ਼ ਅੱਗੇ ਰੱਖੀ ਹੈ। ਫਿਰ ਬੇਨਤੀ ਸੁਣੀ, ਤੇਰੀ ਬੋਲੀ ਪ੍ਰੇਮ ਹੈ, ਅਸੀਂ ਆਖਦੇ ਹਾਂ ਤੇਰੇ ਤੋਂ ਮੰਗਦੇ ਹਾਂ, ਕਿ ਵਾਹਿਗੁਰੂ ਜੀ ਪ੍ਰਭੂ ਜੀ ਤੇਰੇ ਤੋਂ ਮੰਗ ਕੇ ਕਿਹੜੀ ਚੀਜ਼ ਤੇਰੇ ਦਰ ਤੇ ਆ ਕੇ ਰੱਖਾਂ। ਫਿਰ ਕਿ ਅੱਗੇ ਰੱਖੀ ਹੈ, ਜਿਤ ਦਿਸੈ ਦਰਬਾਰ, ਤੇਰੇ ਦਰਬਾਰ ਦੇ ਦਰਸ਼ਨ ਹੋਣ। ਹੁਣ ਅਗਲੀ ਕੋਕਲੀ ਮੈਂ ਸਾਰੀ ਪੌੜੀ ਕਹੀ, ਮਹਾਰਾਜ ਕਹਿੰਦੇ ਨੇ ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਇੱਕ ਪਾਸੇ ਮੈਂ ਆਪਣੀ ਵਿਚਾਰ ਕੱਟਣ ਲੱਗਾ ਥੋੜ੍ਹੀ ਜੀ, ਇਹ ਮੈਂ ਸ਼ਬਦ ਵਰਤਿਆ ਰੱਬ ਸੁਧਾ ਪ੍ਰੇਮ ਹੈ। ਕੱਲ ਵੀ ਮੈਂ ਕਿਹਾ ਵੀ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ, ਹੁਣ ਅੱਜ ਸਵਾਲ ਖੜਾ ਹੋਇਆ, ਉਹ ਪਿਆਰ ਨਹੀਂ ਕਰਦਾ, ਇਹ ਸ਼ਬਦ ਨਹੀਂ ਕਿਹਾ ਵੀ ਮੈਂ ਕਿਵੇਂ ਪਿਆਰ ਕਰਾਂ। ਇੱਥੇ ਰੱਬ ਹੈ ਮੂੰਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ, ਧਰੇ ਪਿਆਰ ਉਹ ਪਿਆਰ ਕਰੇ। ਗੁਰਮੁਖੋ ਇਸ ਸ਼ਬਦ ਦੇ ਵਿੱਚ ਆਪਣਾ ਆਪ ਸਮਰਪਣ ਹੈ। ਇਹਨੂੰ ਫਿਰ ਬਰੀਕੀ ਮੈਂ ਪੌੜੀ ਤੋਂ ਤੁਸੀਂ ਰੋਜ਼ ਆਪਾਂ ਪੜ੍ਹਦੇ ਹਾਂ, ਜਿਤ ਸੁਣ ਧਰੇ ਪਿਆਰ, ਤੂੰ ਪਿਆਰ ਕਰੇ, ਤੂੰ ਪਿਆਰ, ਇਹਦਾ ਮਤਲਬ ਵੀ ਨਾ ਉਹ ਪਿਆਰ ਕਰੇ। ਇਹਦੇ ਵਿੱਚ ਇਹ ਨਹੀਂ ਕਿ ਰੱਬ ਪਿਆਰ ਨਹੀਂ ਕਰਦਾ, ਇਹਦੇ ਵਿੱਚ ਹਜ਼ੂਰ ਨੇ ਇਹ ਨਹੀਂ ਕਿਹਾ ਮੈਂ ਕਿਵੇਂ ਪਿਆਰ ਕਰਾਂ, ਫਿਰ ਦੁਬਾਰਾ ਇਹ ਕਿਹਾ ਉਹ ਕਿਵੇਂ ਕਰੇ।
ਕਿਉਂਕਿ ਮੇਰੇ ਪਿਆਰ ਵਿੱਚ, ਮੇਰੀ ਮੁਹੱਬਤ ਵਿੱਚ, ਮੇਰੇ ਉਪਰਾਲੇ ਵਿੱਚ, ਮੇਰੇ ਉਦਮ ਵਿੱਚ ਕਿਤੇ ਖੌਮੇ ਦੀ ਨਿੱਕਾ ਜਿਹਾ ਖੁਰਨਾ ਆ ਗਿਆ, ਕਿਤੇ ਉਹ ਮੁਹੱਬਤ ਵਾਲੀ ਧਾਰਾ ਟੁੱਟ ਨਾ ਜਾਏ। ਜਦੋਂ ਤੂੰ ਪਿਆਰ ਕਰਨ ਤੇ ਆ ਜਾ, ਫਿਰ ਕਦੀ ਤੂੰ ਟੁੱਟਣ ਨਹੀਂ ਦੇਣਾ। ਫਿਰ ਬੇਨਤੀ ਤੇ ਸ਼ਬਦ ਵਰਤਿਆ, ਉਹ ਕਿਵੇਂ ਪਿਆਰ ਕਰੇ ਜੇ ਤੇ ਸੁਣ ਧਰੇ ਪਿਆਰ। ਅੱਗੇ ਫਿਰ ਸਤਿਗੁਰੂ ਸਾਨੂੰ ਸਮਤ ਦੇ ਗਏ, ਕਹਿੰਦੇ ਹੈ ਤਾਂ ਅੰਦਰ ਹੀ, ਪਰ ਆਤਮਕ ਜਾਗਰਣ ਤੋਂ ਬਿਨਾਂ ਮੁਹੱਬਤ ਨਹੀਂ ਹੁੰਦੀ। ਉਹਦੇ ਲਈ ਕੀ ਕਰੀਏ? ਇੱਕ ਜੁਗਤ ਬਾਬਾ ਜੀ ਨੇ ਸਿੱਧੀ ਦੱਸੀ ਜੀ, ਫਿਰ ਮੈਂ ਅਰਜ਼ ਕਰਾਂ ਉਂਝ, ਇਸ ਪਿਆਰ ਦੀ ਇਹ ਵੀ ਤਾਂ ਉਹਦੀ ਬਖਸ਼ਿਸ਼ ਹੈ। ਜਿਤ ਸੁਣ ਧਰੇ ਪਿਆਰ, ਗੁਰੂ ਜੀ ਕਹਿਣ ਲੱਗੇ ਇੱਕ ਕੰਮ ਕਰ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਨੀਚਾ, ਤੂੰ ਉਸਨੂੰ ਪੁਕਾਰਨਾ ਸ਼ੁਰੂ ਕਰ, ਉਹਦਾ ਸਿਮਰਨ ਕਰ, ਉਹਦਾ ਨਾਮ ਜਪ, ਉਹਦਾ ਚਿੰਤਨ ਕਰ, ਉਹਦੀ ਵਿਚਾਰ ਕਰ। ਵਿਚਾਰ ਦਰਦ ਕੇਵਲ ਕਥਾ ਨਹੀਂ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰ। ਉਹਦੀਆਂ ਵਡਿਆਈਆਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਦੋਂ ਉਹ ਪਿਆਰ ਕਰਦਾ ਇਧਰੋਂ, ਫਿਰ ਜਦੋਂ ਰੱਬ ਨੂੰ ਕੋਈ ਇਸ਼ਕ ਕਰਦਾ, ਗੁਰਮੁਖ ਯਾਦ ਰੱਖਿਓ, ਉਹ ਇਸ਼ਕ, ਉਹ ਮੁਹੱਬਤ, ਉਹਦੇ ਸਾਹਮਣੇ ਦੁਨੀਆ ਦੀ ਕੋਈ ਚੀਜ਼ ਵੀ ਅਹਿਮੀਅਤ ਨਹੀਂ ਰੱਖਦੀ। ਉਸ ਮੁਹੱਬਤ ਉਹਦਾ ਮਹਾਰਾਜ ਇੱਕ ਸ਼ਬਦ ਹੈ, ਉਹ ਹਾਂ ਪ੍ਰੇਮ ਪਿਰੀ ਕਣਿਕ ਮਾਣਿਕ, ਕਣਿਕ ਮਾਣਿਕ ਗਜ ਮੋਤੀਨ ਲਾਲਨ ਨਹਿ ਨਹਾ ਨਗੀ। ਕਿੱਡੀ ਵੱਡੀ ਬਾਤ ਕਰ ਦਿੱਤੀ ਜੀ। ਅਸੀਂ ਲਿਵ ਰੱਖਦੇ ਹਾਂ, ਪਰ ਸਾਡੀ ਲਿਵ ਦੇ ਵਿੱਚ ਵੀ ਅਸੀਂ ਧਾਤ ਮੰਗਦੇ ਹਾਂ। ਇਹ ਗੁਰਬਾਣੀ ਚ ਦੋ ਵਚਨ ਆਉਂਦੇ ਨੇ, ਇੱਕ ਲਿਵ ਤੇ ਇੱਕ ਧਾਤ। ਇਹ ਬੜੇ ਡੂੰਘੇ ਵਿਸ਼ੇ ਆ ਗੁਰਮੁਖੋ, ਤੇ ਮੈਂ ਫ੍ਰੀਮੋਂਟ ਵੀ ਬੇਨਤੀ ਕਰਕੇ ਆਇਆ ਇੱਥੇ ਵੀ। ਮੈਂ ਇਹ ਨਹੀਂ ਕਿ ਗੁਰੂ ਜੀ ਹਜ਼ੂਰੀ ਚ ਕਹਿੰਦਾ ਮੈਨੂੰ ਬਹੁਤ ਕੁਝ ਪਤਾ ਹੈ, ਇੱਥੇ ਕਦੀ ਕਿਸੇ ਨੂੰ ਬਹੁਤ ਕੁਝ ਪਤਾ ਨਹੀਂ, ਪਰ ਜਿਹੜੇ ਸੂਖਸ਼ਮ ਵਿਸ਼ੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਉਹਨਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਲਿਵ ਦਾ ਬੜੀ ਬੜੀ ਜ਼ਿਕਰ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਸਾਚੀ ਲਿਵੈ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰ। ਇੱਕ ਸ਼ਬਦ ਹੈ ਧਾਤ, ਧਾਤ ਦਾ ਸੰਬੰਧ ਪਦਾਰਥ ਨਾਲ ਹੈ, ਉਂਝ ਲਿਵ ਦਾ ਸੰਬੰਧ ਵੀ ਪਦਾਰਥ ਨਾਲ ਬਣ ਜਾਂਦਾ। ਇੱਕ ਲਿਵ ਹੈ ਸਿਮਰਨ ਦੀ, ਇੱਕ ਲਿਵ ਹੈ ਬਗਲੇ ਦੀ। ਇਕਾਗਰਤਾ ਤਾਂ ਉੱਥੇ ਵੀ ਕੰਮ ਕਰ ਰਹੀ ਹੈ, ਸਮਾਧੀ ਸ਼ਬਦ ਉੱਥੇ ਵੀ ਗੁਰਦੇਵ ਨੇ ਵਰਤਿਆ। ਖੈਰ ਮੈਂ ਫਿਰ ਉਸ ਵਿਸ਼ੇ 'ਚ ਰਹਾਂ ਕਿ ਜਿਹਨੂੰ ਮੁਹੱਬਤ ਬਣ ਜਾਏ, ਹੁਣ ਉਹਦੇ ਸਾਹਮਣੇ ਤੂੰ ਮੈਨੂੰ ਕਹਿ ਸੋਨਾ ਕੀਮਤੀ ਮੋਤੀ ਕੀਮਤੀ ਹੀਰੇ ਕੀਮਤੀ ਲਾਲ ਖਿੰਡਾਂ 'ਚ ਜਾਏਗਾ ਅੰਦਰ, ਪਰ ਉਹਦੇ ਸਾਹਮਣੇ ਜਦੋਂ ਆਉਂਦਾ ਕਹਿੰਦਾ ਨਾ, ਜਿਹਨੂੰ ਮੁਹੱਬਤ ਕਰ ਰਿਹਾ ਉਹਦੇ ਪ੍ਰੇਮ ਦੇ ਸਾਹਮਣੇ ਕੁਛ ਵੀ ਨਹੀਂ। ਉਹ ਆ ਪ੍ਰੇਮ ਪ੍ਰੀਤ ਕਣਕ ਕਣਕ ਮਾਲਿਕ ਗਜ ਮੋਤੀਆਂ ਲਾਲਨ, ਇਹ ਸਾਰੀਆਂ ਚੀਜ਼ਾਂ ਆ ਪੱਥਰ ਹੀ ਮਿਲਾਂ, ਆ ਸੋਨਾ ਆ ਗੀਰੇ ਇਹ ਮੋਤੀ, ਕਣਕ ਮਾਨਿਕ ਗਜ ਮੋਤੀਆਂ ਲਾਲਨ ਨਹਿ ਨਾ ਨਵੀ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਗੀ। ਕਿਉਂ? ਕਿਉਂਕਿ ਉਹ ਆ ਪ੍ਰੇਮ ਪ੍ਰੀ ਰੱਤੇ ਇਸ਼ ਖੁਦਾਏ ਰੰਗ ਦੀ ਲਹਾਏ, ਉਹ ਆ ਪ੍ਰੇਮ ਪ੍ਰੀ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਗੀ, ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਈ। ਮਹਾਰਾਜ ਜੀ ਮੈਂ ਬੇਨਤੀ ਕਰਾਂ, ਉੱਥੇ ਸਿਰਫ ਤੇਰੀ ਬੰਦਗੀ ਕਰਨ ਵਾਲਿਆਂ ਦੀ ਚਰਨਾਂ ਦੀ ਸ਼ਰਨ ਲੈਣ ਚਾਹ। ਫਿਰ ਇਸ ਤੋਂ ਅੱਗੇ ਥੋੜ੍ਹਾ ਚੱਲੀ, ਜਿਹੜੀ ਉਹ ਮੁਹੱਬਤ ਹੈ, ਜਿਹੜਾ ਉਹ ਇਸ਼ਕ ਹੈ। ਅੱਜ ਅਸੀਂ ਫਿਰ ਮੈਂ ਰਿਪੀਟ ਕਰਾਂਗਾ, ਕਿਉਂਕਿ ਆਪ ਸਭ ਦਾ ਧਿਆਨ ਸਾਡਾ ਉੱਥੇ ਜਾਂਦਾ ਹੈ।
ਰੱਤੇ ਹੋਈ ਸ਼ਹਾਦਤਾਂ ਪ੍ਰਾਪਤ ਕਰਦੇ ਆ। ਇੱਕ ਉਦਾਹਰਨ ਦੇ ਕੇ ਜਿਹਨਾਂ ਲੋਕਾਂ ਨੇ ਸੁਣਿਆ, ਕਿਉਂਕਿ ਬਾਅਦ ਵਿੱਚ ਬਹੁਤ ਕੁਝ ਲਿਖਿਆ ਗਿਆ, ਪਰ ਮੈਂ ਖਿਮਾ ਕਰਿਓ, ਅਜੇ ਤੱਕ ਮੈਂ ਸਭ ਨੂੰ ਦਵਾਈ ਦੇਣਾ, ਜਿਹੜੇ ਬੰਦੇ ਜਿਉਂਦੇ ਵੀ ਇਹਦੇ ਬਹਿ ਆ ਉਹਨਾਂ ਨੂੰ ਪਤਾ ਉਸ ਵੇਲੇ ਦਾ, ਠੀਕ ਹੈ ਤੁਹਾਡੀ ਜੋ ਮਰਜ਼ੀ ਕਮਜ਼ੋਰੀ ਹੋ ਜਾਏ, ਘੱਟੋ ਘੱਟ ਇਮਾਨਦਾਰੀ ਨਾਲ ਇਹੀ ਸੇਵਾ ਕਰ ਦਿਓ ਕਿ ਤੁਸੀਂ 1 ਜੂਨ ਤੋਂ ਲੈ ਕੇ 5 ਜੂਨ ਤੱਕ ਜੋ ਕੁਝ ਦੇਖਿਆ ਉਹ ਲਿਖਾ ਹੀ ਜਾਓ, ਕਿਉਂਕਿ ਉਹ ਪਤਾ ਹੋਵੇ ਕੀ ਵਾਪਰਿਆ। ਆਪਣੇ ਆਪਣੇ ਢੰਗ ਨਾਲ ਜਿਵੇਂ ਕਿਸੇ ਨੂੰ ਪਿਆ, ਮੈਂ ਉਹਨੇ ਬੇਨਤੀ ਕਰਾਂ, ਜਨਰਲ ਸ਼ਲੇਖ ਸਿੰਘ ਜੀ ਕਿੱਡੀ ਵੱਡੀ ਪੋਸਟ ਹੈ, ਧੱਕਾ ਕਿੰਨਾ ਉਹਨਾਂ ਦੇ ਨਾਲ ਹੋਇਆ ਆਪ ਸਭ ਨੂੰ ਪਤਾ ਹੈ। ਪਰ ਇੱਕ ਗੱਲ ਉਹ ਸੱਜਣ ਤੋਂ ਮੈਂ ਸੁਣੀ ਜਿਹਨੇ ਉਹ ਸਭ ਕੁਝ ਉਹਨਾਂ ਨੂੰ ਦੇਖਿਆ, ਕਹਿੰਦੇ ਬਜ਼ੁਰਗ ਮਾਤਾ ਹੀ ਉਹਨਾਂ ਦੀ, ਅਤੇ ਜਨਰਲ ਸਾਹਿਬ ਨੂੰ ਇਹ ਗੱਲ ਕਹਿੰਦੀ, ਉਦੋਂ ਥੋੜ੍ਹਾ ਜਿਹਾ ਚੱਲਿਆ ਸੀ ਸੰਤਾਂ ਬਾਰੇ ਵਿੱਚ ਵੀ ਵਿਰੋਧ, ਕਿਉਂਕਿ ਏਜੰਸੀਆਂ ਦਾ ਕੰਮ ਸੀ, ਉਹਨੇ ਇੱਕੋ ਗੱਲ ਕੀ ਬੇਸ਼ ਦੇਖ ਸਕਾਂ, ਵੇਖੀ ਅੰਤਲੇ ਸਮੇਂ ਤੱਕ ਸੰਤਾਂ ਦਾ ਸਾਥ ਨਾ ਛੱਡ। ਬੜੀ ਵੱਡੀ ਗੱਲ ਹੈ ਪਿਆਰੋ, ਮਰਨ ਨੂੰ ਕਿਹਦਾ ਦਿਲ ਕਰਦਾ, ਕਿੰਨੀਆਂ ਵੀ ਫਾਰਮ ਭਰੇ ਸਨ ਅਸੀਂ ਮਰਾਂਗੇ, ਮੰਜੀ ਸਾਹਿਬ ਸਭ ਨੇ ਕਿਹਾ, ਪੱਟੀਆਂ ਵੀ ਸਿਰ 'ਤੇ ਬਣੀਆਂ, ਮਰਜੀਬਲੇ ਵੀ ਬਣੇ, ਪਰ ਮੈਂ ਕਹਿੰਦਾ ਉਹਨਾਂ ਨੂੰ ਮੈਂ ਕਿਉਂ ਮਾੜਾ ਕਿਹਾ, ਕਿਉਂਕਿ ਸ਼ਹਾਦਤ ਦੀ ਦਾਤ ਵੀ ਗੁਰੂ ਦੀ ਮਿਹਰ ਨਾਲ ਮਿਲਦੀ ਹੁੰਦੀ, ਕਿ ਦੇਖੀ ਕਦੀ ਸਾਥ ਨਾ ਛੱਡ ਜਾਵੇ। ਆਹ 5 ਜੂਨ ਉੱਤੇ ਸ਼ੁਰੂ ਹੋ ਗਿਆ, 5 ਜੂਨ ਨੂੰ ਸ਼ਾਮ ਨੂੰ ਅਕਾਲ ਤਖ਼ਤ ਜਿੱਥੇ ਜਿੱਥੇ ਆਪਣਾ ਅੱਜ ਕੱਲ੍ਹ ਆਪਾਂ ਦੇਖਦੀਆਂ ਰਸੀਦਾਂ ਕਟਾਉਂਦੇ ਹਾਂ, ਉਹਨੂੰ ਵੈਸੇ ਮੈਂ ਐਤਵਾਰ ਇਹ ਸਾਰੀ ਡਿਟੇਲ ਨਾਲ ਬੇਨਤੀ ਕਰਾਂਗਾ, ਇਹ ਟਲੈਰੀ ਗੁਰੂ ਘਰ ਜੋ ਪ੍ਰੋਗਰਾਮ ਰੱਖਿਆ ਹੈ ਪੂਰਾ ਆਪਾਂ ਬਾਣੀ 'ਚ ਦੇਖਾਂਗੇ ਸ਼ਹਾਦਤ ਬਾਰੇ। ਇਹ ਸ਼ਹਾਦਤ ਗੁਰਬਾਣੀ ਦੀ ਮੈਂ ਉਹ ਇੱਕ ਵਾਰੀ ਕਿਹਾ, ਰਾਜਨੀਤਿਕ ਬੰਦੇ ਵਿੱਚ ਅਤੇ ਸ਼ਹੀਦ ਵਿੱਚ ਫਰਕ ਹੁੰਦਾ, ਜਿੰਨੇ ਸ਼ਹੀਦ ਹੋਣੇ, ਰਾਜਨੀਤੀ ਵਾਲਾ ਕਹਿੰਦਾ ਅੱਗੇ ਵਧੋ, ਬੋਲੇ ਸੁਣਾਉਣਾ ਚਲੋ ਅੱਗੇ, ਜਮਾ ਕਰਿਓ, ਇੰਨੇ ਸਾਲ ਹੋ ਗਏ ਜਿਹੜੇ ਜਕਾਰੇ ਛੱਡਦੇ ਨੇ, ਮਰਿਆ ਇੱਕ ਹੈ ਵੀ ਚੁੱਪ, ਉਹ ਫਿਰ ਭੱਜ ਜਾਂਦੇ, ਉਹ ਅਗਲੇ ਮੋਰਚੇ 'ਤੇ ਫਿਰ ਜਾ ਪੈਂਦੇ ਆ, ਵੈਗੁਰੂ ਗੁੱਸਾ ਨੂੰ ਕਰੇ, ਉਹ ਕਹਿੰਦੇ ਅੱਗੇ ਵਧੋ, ਸ਼ਹੀਦ ਕਹਿੰਦਾ ਪਿੱਛੇ ਹਟੋ। ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਕੀ, ਤੁਹਾਨੂੰ ਇਹ ਲੱਗੇਗਾ ਵੀ ਪਿੱਛੇ ਹਟੋ ਦਾ ਮਤਲਬ ਕਮਜ਼ੋਰੀ, ਮੈਂ ਫਿਰ ਬੇਨਤੀ ਕੀਤੀ, ਜਿਹਨੇ ਪੋਲੀਟਿਕਸ ਖੇਡਣੀ ਹੈ, ਜਿਹੜਾ ਚਮੜੀ ਨੂੰ ਬਚਾਉਂਦਾ ਉਹ ਕਹਿੰਦਾ ਅੱਗੇ ਵਧੋ, ਇਹਦਾ ਮਤਲਬ ਹੈ ਤੁਸੀਂ ਲੜੋ, ਮੈਂ ਮਗਰੋਂ ਸਾਂਭਾਂਗਾ। ਸ਼ਹੀਦ ਕਹਿੰਦਾ ਪਿੱਛੇ ਹਟੋ, ਕਹਿੰਦਾ ਤੁਸੀਂ ਸਾਰੇ ਪਿੱਛੇ ਹਟੋ, ਛਾਤੀ ਡਾ ਕੇ ਮੈਂ ਲੜਾਂ। ਬੜਾ ਫਰਕ ਹੈ, ਉਹ ਪਿੱਛੇ ਹਟੋ ਦਾ ਅਰਥ ਇਹ ਵੀ ਪਿੱਛਾ ਚਲੇ ਗਏ, ਜਿੱਥੇ ਕੜਾ ਪ੍ਰਸ਼ਾਦ ਦੀ ਪਰਚੀਆਂ ਦਿੱਤੀਆਂ ਜਾਂਦੀਆਂ ਨੇ, ਇੱਥੇ ਜਨਰਲ ਸਾਹਿਬ ਨੂੰ ਗੋਲੀ ਵੱਜੀ ਸੀ, ਅਤੇ ਉਹ ਕਹਿੰਦੇ ਹੁੰਦੇ ਸਨ, ਕਿਉਂਕਿ ਇਹ ਗੱਲਾਂ ਸਾਰੀਆਂ ਲਿਖ ਚਲੀ। ਉਹ ਸੱਜਣ ਨੂੰ ਕਹਿੰਦਾ ਅਕਸਰ ਕਹਿੰਦੇ ਹੁੰਦੇ ਸਨ ਕਿ ਮੇਰੀ ਜ਼ਿੰਦਗੀ 'ਚ ਮੇਰੀ ਸਿਰਫ ਇੱਕੋ ਇੱਛਾ ਹੈ ਕਿ ਜਿੱਦਣ ਮੇਰਾ ਆਖਰੀ ਸਾਹ ਨਿਕਲੇ ਮੈਂ ਸ਼ਹੀਦ ਹੋਵਾਂ, ਅਤੇ ਮਰਾਂ ਉਸ ਥਾਂ 'ਤੇ ਜਿੱਥੇ ਮੇਰੇ ਪੁਰਖਿਆਂ ਦੀਆਂ ਸ਼ਹਾਦਤਾਂ ਹੋਈਆਂ, ਜਿੱਥੇ ਮੇਰੇ ਵੱਡੇ ਸ਼ਹੀਦ ਹੋ ਕੇ ਘੁੰਮ ਕਿੱਥੇ। ਸੱਚੀ ਮੁੱਚੀ ਉਸ ਅਰਦਾਸ ਨੂੰ ਭਾਗ ਲਾ, ਗੋਲੀ ਵੱਜਦੀ, ਦੱਸਣ ਵਾਲੇ ਦੱਸਦੇ ਜਿੱਥੇ ਕੜਾਹ ਪ੍ਰਸ਼ਾਦ ਅੱਜ ਕੱਲ੍ਹ ਅਸੀਂ ਲੈਂਦੇ ਹਾਂ ਕਿ ਦਿੰਦੇ ਹਾਂ, ਉੱਥੇ ਗੋਲੀ ਵੱਜਦੀ ਆ, ਉਹਨਾਂ ਨੂੰ ਫਿਰ ਸੰਤਾਂ ਤੋਂ ਲੈ ਕੇ ਆ ਜਾਂਦੇ। ਇਹ ਘਟਨਾ ਮੈਂ ਭੁੱਲਾਂ ਨਾ, 5 ਜੂਨ ਨੂੰ ਵਾਪਰੀ ਹੈ, ਲੈ ਕੇ ਆਉਂਦੇ ਆ ਸੰਤ ਜੀ, ਜੋ ਸ਼ਬਦ ਕਹਿੰਦੇ ਇੱਕੋ ਗੱਲ ਕਹੀ, ਜਨਰਲ ਸਾਹਿਬ ਜੋ ਹੋਵੋਗੇ ਤੁਹਾਡੀ ਅਰਦਾਸ
ਇਹ ਕਿਹਾ ਮੇਰੀ ਇੱਕੋ ਅਰਦਾਸ ਕਰਿਓ, ਮੈਂ ਵਾਰ ਵਾਰ ਸਿੱਖ ਦੇ ਘਰ ਚ ਜੰਮਾਂ ਤੇ ਵਾਰ ਵਾਰ ਮੈਂ ਸ਼ਹੀਦ ਹੁੰਦਾ। ਇਹ ਇਹ ਸਾਡੇ ਬਜ਼ੁਰਗਾਂ ਇਹਨੇ ਰੱਤੇ ਹੋਏ ਇਸ਼ਕ ਦੇ ਅਰਥ ਮੈਂ ਕੇਵਲ ਇੱਕ ਪੱਖ ਨਹੀਂ ਖਾਂਦਾ, ਕਿਉਂਕਿ ਮੈਂ ਉਸ ਦਿਨ ਕਿਹਾ ਬੰਦਗੀ ਵਾਸ਼ਨਾ ਤੋਂ ਬਿਨਾਂ ਰੰਗ ਨਹੀਂ ਚੜ੍ਹਦਾ। ਜੇ ਵਾਸ਼ਨਾ ਹੋਵੇ ਤੇ ਸੱਚੀ ਮੁੱਚੀ ਮਰ ਖਿੜ ਜਾਂਦਾ ਹੈ, ਜੇ ਅੰਦਰ ਵਾਸ਼ਨਾ ਹੋਵੇ ਤੇ ਬੰਦਾ ਛੇਤੀ ਮਰ ਨਹੀਂ ਸਕਦਾ। ਮਰਦਾ ਉਹ ਵੀ ਜਿਹੜਾ ਸਭ ਕੁਛ ਛੱਡ ਕੇ ਤੁਰਿਆ ਹੈ। ਇਹਨਾਂ ਨੂੰ ਗੁਰੂ ਕਹਿੰਦਾ ਰੱਤੇ ਸਹੀ ਜੇ ਮੁੱਖ ਨਾ ਮੁੜਾ, ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿਨੀ ਸੰਜਾਤਾ ਸਾਈ, ਝਰਝਰ ਪਾਉਂਦੇ ਕੱਚੇ ਬਿਰਗੇ ਜਿਨ੍ਹਾਂ ਕਾਰਨ ਆਈ, ਜਿਨ ਮਨ ਹੋਰ ਮਖੋਲ ਸੇ ਕਾਂਡੇ ਕੱਚੇ। ਹਜ਼ੂਰ ਸੱਚੇ ਪਾਤਸ਼ਾਹ ਇਸ ਤੋਂ ਅਗਲੀ ਬੇਨਤੀ, ਜਿਹੜਾ ਇਸ਼ ਕਰਦਾ ਉਸਨੂੰ ਇਹਦੀ ਕੀ ਚਿੰਤ ਹੈ? ਰਾਵਾ ਸੂਫੀ ਦਰਵੇਸ਼ ਹੋਈ, ਸ਼ਾਇਦ ਆਪ ਜੀ ਦਾ ਬੜੀ ਵਾਰੀ ਅਸੀਂ ਜ਼ਿਕਰ ਕਰਦੇ ਹਾਂ, ਉਹਨੂੰ ਰੀਡੀਆ ਵੀ ਕਿਹਾ ਜਾਂਦਾ। ਅਸਲ 'ਚ ਅਰਬੀ ਦਾ ਸ਼ਬਦ ਅੰਕ ਹੈ ਰਬ, ਰਬਾ ਇਹਦਾ ਅਰਥ ਹੁੰਦਾ ਚਾਰ, ਜਿਵੇਂ ਅਸੀਂ ਇੱਕ ਦੋ ਤਿੰਨ ਚਾਰ ਕਹਿੰਦੇ ਹਾਂ, ਅਸੀਂ ਰਾਬੀਆ ਕਹਿੰਦੇ ਹਾਂ। ਅਸਲ 'ਚ ਹੈ ਰਬਾ ਦਾ ਅਰਥ ਚਾਰ, ਇਹਦਾ ਮਤਲਬ ਆਪਣੇ ਮਾਪਿਆਂ ਦੀ ਚੌਥੀ ਸੰਤਾਨ, ਤਾਂ ਉਹਦਾ ਨਾਮ ਰਾਬੀਆ ਰੱਖ ਦਿੱਤਾ ਗਿਆ। ਉਹਨੂੰ ਕਿਸੇ ਪੁੱਛਿਆ ਸੀ, ਬੜੀ ਪਹੁੰਚੀ ਹੋਈ ਫਕੀਰ ਹੋਈ, ਕਿ ਅੰਮਾ ਤੂੰ ਨਮਾਜ਼ ਕਦੋਂ ਪੜ੍ਹਨੀ? ਖੁਦਾ ਦੇ ਆਉਣ ਤੋਂ ਪਹਿਲਾਂ, ਖੁਦਾ ਦੇ ਆਇਆ ਕਿ ਉਹਦੇ ਜਾਣ ਤੋਂ ਬਾਅਦ? ਇਹ ਉਹਨਾਂ ਦਾ ਦਿਲ, ਖੁਦਾ ਦੇ ਆਉਣ ਤੋਂ ਪਹਿਲਾਂ, ਖੁਦਾ ਦੇ ਆਇਆ ਜਾਂ ਖੁਦਾ ਦੇ ਜਾਣ ਤੋਂ ਬਾਅਦ? ਉਹ ਕਹਿੰਦੀ ਉਹਦੇ ਆਇਆ ਪੜ੍ਹਨੀ। ਉਹ ਪੁੱਛਦਾ ਉਹਦੇ ਆਏ ਦੀ ਨਿਸ਼ਾਨੀ ਕੀ ਹੈ? ਉਹ ਕਹਿੰਦੀ ਬਸ ਉਹੀ ਤਾਂ ਦਿਲ ਸਾਂਭਣ ਵਾਲਾ ਹੁੰਦਾ। ਉਂਝ ਕਹਿੰਦੀ ਵਾਸ਼ਨਾਵਾਂ ਰੋਜ਼ ਆਉਂਦੀਆਂ ਨੇ, ਪਤਾ ਨਹੀਂ ਕਿੰਨੇ ਕੁ ਫੇਰੇ ਪਾਉਣੀਆਂ ਪਈਆਂ ਨੇ। ਗੁਰਮੁਖੋ ਇਹ ਧਰਤੀ ਕੱਲੀ ਗੋਲ ਹੋ ਕੇ ਘੁੰਮਦੀ ਨਹੀਂ, ਇੱਥੇ ਅੰਦਰ ਵਾਸ਼ਨਾ ਵੀ ਗੋਲ ਹੋ ਕੇ ਘੁੰਮੀ ਜਾਂਦੀ, ਇਹ ਵੀ ਸਰਕਲ ਜੀ ਤੁਰਦੀ, ਕਦੀ ਕਾਮ ਆ ਗਿਆ ਕਦੀ ਕ੍ਰੋਧ ਆ ਗਿਆ। ਉਹ ਕਹਿੰਦੀ ਜਿੱਦਣ ਮਹਿਬੂਬ ਹੁੰਦਾ ਨਾ, ਉਦਣ ਆਪ ਮੁਹਾਰੇ ਮੇਰੀਆਂ ਅੱਖਾਂ ਵਿੱਚੋਂ ਪਾਣੀ ਵਹਿ ਜਾਂਦਾ, ਉਹਦੇ ਆਉਣ ਦੀ ਨਿਸ਼ਾਨੀ ਹੈ। ਮੇਰੇ ਰੋਮ ਰੋਮ ਵਿੱਚ ਚਰਨਾਟ ਛਿੜਦੀ ਹੈ, ਮੇਰੀਆਂ ਅੰਦਰ ਦੀਆਂ ਤਣਾਵਾਂ ਪਸੀਆਂ ਜਾਂਦੀਆਂ ਨੇ। ਜਦੋਂ ਇਹ ਸ਼ਬਦ ਮੈਂ ਉਹਦੇ ਪੜ੍ਹੇ ਤੇ ਸੱਚ ਇਹ ਵੇ ਕਿ ਗੁਰੂ ਸਾਹਿਬ ਨੇ ਕਿਹਾ ਮੂਲ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੱਚ ਤਣੀ, ਆਹ ਰੱਤੇ ਇਸ਼ ਖੁਦਾਏ ਖਿੱਚ ਤਣੀ। ਹੁਣ ਇਹ ਸ਼ਬਦ ਇੱਕ ਖਿੰਚ, ਜਿਹੜੇ ਸੰਪਰਦਾਇ ਅਰਥ ਸਨ ਨਾ ਜੀ, ਮੈਂ ਇਹ ਨਹੀਂ ਕਿ ਤੁਸੀਂ ਸੰਪਰਦਾ ਨੂੰ ਰਿਲੇਟਡ ਹੋ, ਉਹ ਬੜੇ ਡੂੰਘੀਆਂ ਗੱਲਾਂ, ਕਿਉਂਕਿ ਅਖਰੀ ਅਰਥ ਕਈ ਵਾਰੀ ਪੜ੍ਹਿਆ ਲਿਖਿਆ ਅਖਰੀ ਅਰਥਾਂ 'ਚ ਨਹੀਂ ਪੈਂਦਾ ਹੈ, ਉਹ ਸਿੱਧੀ ਜੀ ਗੱਲ ਕਰਕੇ ਚਾਕਾ ਮਾਰਿਆ ਅੱਗੇ ਨਿਕਲ ਗਿਆ। ਹੁਣ ਖਿੱਚ ਤਣੀ ਦੇ ਅਰਥ ਕੀ? ਅਸੀਂ ਅਰਥ ਪੜ੍ਹਨੇ ਵੀ ਜਿਹਦੇ ਅੰਦਰ ਖਿੱਚ ਗਏ ਤਣਾਵਾਂ ਕੱਸੀਆਂ ਨੇ। ਖਿੱਚ ਤਣੀ ਇੱਕ ਅਵਸਥਾ ਹੈ, ਅਤੇ ਜਿਨ੍ਹਾਂ ਨੇ ਕਿਰਸਾਨੀ ਕੀਤੀ ਉਹਨਾਂ ਨੂੰ ਪਤਾ ਹੈ ਖਿੱਚ ਤਣੀ ਕੀ ਹੈ। ਗੁਰੂ ਸਾਹਿਬ ਕਹਿੰਦੇ ਨੇ ਮੁਹੱਬਤ ਐਸੀ ਅੰਦਰੋਂ ਖਿੱਚੜੀਏ ਤੇ ਤਣਾਵਾਂ ਖਿੱਚੀਆਂ ਹੋਈਆਂ ਨੇ ਕੱਸੀਆਂ। ਜਿਹਨਾਂ ਨੇ ਤੰਨਾ ਲੱਗਿਆ ਹੋਵੇ ਟਰਾਲੀ ਤੇ ਗੱਡੇ ਤੇ, ਜਦੋਂ ਉਹਦੀਆਂ ਭਰੀਆਂ ਉੱਤੇ ਲੱਗਦੇ ਸਨ, ਉਸ ਤੋਂ ਬਾਅਦ ਰੱਸਾ ਲੱਜ ਖਿੱਚੀ ਜਾਂਦੀ ਸੀ, ਖਿੱਚ ਕੇ
ਹੈਂਡਰਸਨ ਖਿੱਚ ਕੇ ਤਣਾ ਤਣਾ ਦੇ ਕੇ ਚੰਗੀ ਤਰ੍ਹਾਂ ਤਣ ਕੇ ਖਿੱਚ ਕੇ ਜਦੋਂ ਤਣੀ ਜਾਂਦੀ ਸੀ ਉਹਨੂੰ ਫਿਰ ਘੁੱਟ ਕੇ ਬੰਨ ਆਉਂਦੇ ਸਨ ਉਹ ਢਿੱਲੀ ਨਹੀਂ ਹੋਵੇਗੀ। ਸੱਚ ਇਵੇ ਅੰਦਰ ਦੀ ਖਿੱਚ ਤਣੀ ਦਾ ਅਰਥ ਇਹ ਵੀ ਜਿੱਥੇ ਰੱਬ ਦੇ ਬਾਰੇ ਢਿੱਲ ਨਾ ਦਾ ਫੁਰ ਰਹੀਆਂ ਹੋਈਆਂ। ਮਹਾਰਾਜ ਨੇ ਕਿਹਾ ਕਿ ਮੂਲ ਆਲੂ ਸੋ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੱਚ ਤਣੀ ਇਹੋ ਜੀ ਖਿੱਚ ਕੇ ਤਣਾਵਾਂ। ਉਹ ਕਹਿੰਦੇ ਨੇ ਕਿ ਜਦੋਂ ਮੇਰੇ ਅੰਦਰੋਂ ਆਪ ਨੀਰ ਵਹਿ ਤੁਰਦਾ ਆਪ ਮੁਹਾਰਾ ਮੇਰੇ ਅੰਦਰ ਤਣਾਵਾਂ ਕੱਸੀਆਂ ਜਾਂਦੀਆਂ ਨੇ ਫਿਰ ਮੈਂ ਆਪਣੇ ਮਹਿਬੂਬ ਦੀ ਨਮਾਜ਼ ਪੜ੍ਹਨੀ ਹੈ, ਕੀਰਤਨ ਰੋਜ਼ ਸੁਣਨੇ, ਪਾਠ ਰੋਜ਼ ਕਰਨੇ। ਕਈ ਵਾਰੀ ਕਿਸੇ ਬਖਸ਼ੀ ਰੂਪ ਦੀ ਸੰਗਤ ਇਹੋ ਜਿਹਾ ਔਰਾ ਬਣਾ ਦਿੰਦੀ ਹੈ ਤੰਗ ਦਾ ਕਿ ਕਥਾ ਕੀਰਤਨ ਪਾਠ ਕਰਦਿਆਂ ਆਪ ਮੁਹਾਰੇ ਬੈਰਾਗ ਛੁੱਟ ਪੈਂਦਾ। ਬਸ ਉਹ ਸਮਾਂ ਹੁੰਦਾ ਰੱਜ ਕੇ ਇਬਾਦਤ ਕਰਨ ਦਾ, ਉਦੋਂ ਅੰਦਰ ਧੁੱਪ ਚ ਪੈ ਇਹ ਖਿਣ ਖਿਣ ਚ ਆਉਂਦਾ ਜਾਂਦਾ ਵੀ ਹੈ। ਅੰਦਰ ਧੁੱਪਿਆ ਹੋਇਆ ਉਸ ਧੁੱਪੇ ਹੋਏ ਅੰਦਰ ਵੀ ਜੁੜ ਜਾਂਦਾ ਜਿਹੜਾ ਇਸ਼ਕ ਕਰਦਾ ਦੂਜੇ ਨੂੰ ਕਿਉਂ ਕਹਿ ਕੱਚਾ ਇਹ ਸ਼ਬਦ ਵਰਤੇ ਹਨ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਨੂੰ ਹੋਰ ਜਿਨ ਮਨ ਹੋਰ ਨੂੰ ਹੋਰ ਸੇ ਕਾਂਢੇ ਕੱਚਿਆ ਕਿਉਂਕਿ ਕੱਚੇ ਬੰਦੇ ਮੁੱਖ ਤੋਂ ਇਸ਼ਕ ਦੀ ਗੱਲ ਕਰਦੇ ਆ ਮੁਹੱਬਤ ਦੀ ਪਰ ਜਦੋਂ ਕਿਤੇ ਨੁਕਸਾਨ ਹੁੰਦਾ ਤੇ ਉਦੋਂ ਰੱਬ ਨੂੰ ਉਲਾਂਭੇ ਦੇਣ ਲੱਗ ਪੈਂਦੇ। ਸੋਹਣੇ ਬੇਨਤੀ ਕੌਣੇ ਰੱਤੇ ਹੋਏ ਜਿਵੇਂ ਇੱਕ ਬਚਨ ਆਪ ਪੜ੍ਹਦੇ ਹੋ ਰੋਜ਼ ਆਸਾ ਦੀਵਾਰ ਵਿੱਚ ਹੈ ਇਹ ਕਨੇ ਦੀ ਆਸ਼ਕੀ ਦੂਜੇ ਲੱਗੇ ਜਾਏ ਜਿਨ ਮਨ ਹੋਰ ਮੁਖੋਰ ਸੇ ਕਾਂਢੇ ਕੱਚਿਆ। ਕਹਿੰਦੇ ਉਹਨੂੰ ਆਸ਼ਕ ਨਹੀਂ ਕਹਿੰਦੇ, ਇਹਨੂੰ ਮੁਹੱਬਤ ਨਹੀਂ ਕਹਿੰਦੇ, ਇਹ ਇਸ਼ਕ ਮਾਣਾ ਨਹੀਂ। ਇਹ ਕਨੇ ਦੀ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਂਢੀਆਂ ਸਾਦਗੀ ਰਹੇ ਸਮਾਏ ਗਿਰਲ ਅਗਿਰਲ। ਇੱਕ ਸ਼ਬਦ ਹੈ ਵਿਰਲ, ਇੱਕ ਹੈ ਅਵਿਰਲ। ਵਿਰਲ ਦਾ ਅਰਥ ਸਮਝ ਲੈਂਦੇ ਫਾਸਲਾ ਹੋ ਜਾਣਾ, ਅਵਿਰਲ ਦਾ ਅਰਥ ਜਿੱਥੇ ਕੋਈ ਫਾਸਲਾ ਨਹੀਂ ਕੋਈ ਦੂਰੀ ਨਹੀਂ। ਮਹਾਰਾਜ ਕਹਿੰਦੇ ਉਹਨੂੰ ਆਸ਼ਕ ਮਤ ਬੋਲੋ, ਇੱਕ ਪਾਸੇ ਮੁਹੱਬਤ ਕਰਦਾ ਤੇ ਦੂਜੇ ਪਾਸੇ ਕਿਸੇ ਹੋਰ ਨਾਲ ਅੱਟੀ ਸੱਟੀ ਲਾਈ ਬੈਠਾ, ਉਹਨੂੰ ਆਸ਼ਕ ਨਹੀਂ ਕਹਿਣਾ ਚਾਹੀਦਾ, ਉਹਨੂੰ ਕੱਚਾ ਕਹਿਣਾ ਚਾਹੀਦਾ। ਉਹ ਮਨ ਦਾ ਕੁਝ ਹੋਰ ਹੈ ਤੇ ਮੂੰਹ ਦਾ ਕੁਝ ਹੋਰ ਹੈ। ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜ਼ਫਰਨਾਮੇ ਵਿੱਚ, ਕਿਉਂਕਿ ਉਹਦੇ ਜ਼ਫਰਨਾਮੇ ਦੇ ਮੈਂ ਅਰਜ਼ ਕਰਾਂ ਬਹੁਤੇ ਸ਼ੇਰ ਜਿਹੜੇ ਨੇ ਉਹ ਰੱਬ ਦੀ ਸਿਫਤ ਵਿੱਚ ਨੇ। ਕੁਰਾਨ ਸਾਹਿਬ ਦੀ ਵਡਿਆਈ ਕੀਤੀ ਪਰ ਜੋ ਵਡਿਆਈ ਕਰਕੇ ਛਿੱਲ ਲਾਈ ਮੈਂ ਧਰ ਕੇ ਰੱਖ ਦਿੱਤਾ ਬਾਬਾ ਜੀ ਨੇ ਸਿੱਧੇ ਜਟਕੇ ਜੇ ਸ਼ਬਦ ਵਰਤਾ, ਜੋ ਜੁੱਤੀ ਫੇਰੀ ਉਦੋਂ ਸਿਰ ਹੀ ਲਾ ਦਿੱਤਾ। ਹੁਣ ਇੱਥੋਂ ਤੱਕ ਜਿਹਨੂੰ ਕਹਿੰਦੇ ਨੇ ਇਹ ਆਲਮਗੀਰ ਹੈ, ਹੁਣ ਜਿਹੜਾ ਲੁਧਿਆਣੇ ਜਿਹੜੇ ਗੁਰਦੁਆਰਾ ਆਲਮਗੀਰ ਹੈ ਇਹ ਵੀ ਔਰੰਗਜ਼ੇਬ ਨਾਲ ਸੰਬੰਧਿਤ ਹੈ, ਪਰ ਗੁਰਮੁਖੋ ਆਲਮਗੀਰ ਸਾਹਿਬ ਕਹਿਣ ਦੀ ਥਾਂ ਮੰਜੀ ਸਾਹਿਬ ਆਲਮਗੀਰ ਕਿਹਾ ਕਰੀਏ, ਗੁਰਦੁਆਰਾ ਮੰਜੀ ਸਾਹਿਬ ਹੈ। ਹੁਣ ਸਾਡੇ ਸੱਜਣ ਸਾਰੇ ਆਲਮਗੀਰ ਸਾਹਿਬ ਹੀ ਕਹੀ ਜਾਂਦੇ, ਆਲਮਗੀਰ ਸ਼ਬਦ ਜਿਹੜਾ ਔਰੰਗਜ਼ੇਬ ਨਾਲ ਰਿਲੇਟਡ ਹੈ। ਹੁਣ ਤੁਸੀਂ ਦੇਖੋ ਬਾਦਸ਼ਾਹ ਨੂੰ ਇਹ ਕਹਿਣਾ ਕਿ ਤੂੰ ਘੋੜ ਸਵਾਰ ਬੜਾ ਚੰਗਾ, ਤੂੰ ਚਲਾਕ ਬੜਾ, ਤੂੰ ਪ੍ਰਬੰਧਕ ਬੜਾ ਚੰਗਾ, ਤੇਰੇ ਹੱਥ ਵਿੱਚ ਬੜੀ ਤਾਕਤ ਹੈ, ਇੰਨਾ ਕੁਝ ਕਹਿ ਕੇ ਨਾਲ ਹੀ ਕਹਿ ਦੇਣਾ ਨਾ ਇਮਾ ਪ੍ਰਸਤੀ ਨਾ ਉਸਾਏ ਦੀਨ ਨਾ ਸਹਿਬ ਸ਼ਨਾਸੀ ਨਾ ਮੁਹੰਮਦ ਯਕੀਨ। ਤੂੰ ਹੈ ਤਖਤ ਦਾ ਮਾਲਕ ਪਰ ਤੂੰ ਬੇਈਮਾਨ ਹੈ, ਨਾ ਇਮਾ ਪ੍ਰਸਤੀ ਇਹਦੇ ਲਫ਼ਜ਼ੀ ਅਰਥ ਪੰਜਾਬੀ ਚ ਬਣ ਗਏ ਤੂੰ ਇਮਾਨ ਪ੍ਰਸਤ ਨਹੀਂ ਤੂੰ ਬੇਈਮਾਨ ਹੈ, ਨਾ ਉਸਾਏ ਦੀਨ
ਤੈਨੂੰ ਧਰਮ ਦੀ ਕੋਈ ਸ਼ਕਤੀ ਨਹੀਂ, ਨਾ ਸਾਹਿਬ ਸ਼ਨਾਸੀ, ਤੈਨੂੰ ਸਾਹਿਬ ਰੱਬ ਦੀ ਪਹਿਚਾਣ ਹੀ ਨਹੀਂ, ਨਾ ਮੁਹੰਮਦ ਯਕੀਨ ਜਿਹਦੀਆਂ ਪੰਜ ਨਮਾਜ਼ਾਂ ਪੜ੍ਹਨਾ, ਤੈਨੂੰ ਪੈਗੰਬਰ ਉੱਤੇ ਵੀ ਭਰੋਸਾ। ਇਹ ਸ਼ਬਦ ਕਹਿ ਦੇਣੇ, ਅਗਲੇ ਦੀ ਰੂਹ ਨਿਕਲ ਜਾਂਦੀ ਬਾਦਸ਼ਾਹ ਨੂੰ ਕਹਿਣਾ। ਫਿਰ ਅਗਲੀ ਗੱਲ, ਇਹ ਸ਼ਬਦ ਕਹਿਣਾ ਹਜ਼ੂਰ ਦਾ ਇੱਕ ਹੋਰ ਸ਼ੇਰ ਹੈ, ਇਹ ਹਮ ਮਰਦ ਬਾਇਦ ਸਵਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਕਹਿੰਦੇ ਅਸੀਂ ਮਰਦ ਉਹਨੂੰ ਕਹਿੰਦੇ ਹਾਂ ਜਿਹੜਾ ਦਿਲੋਂ ਮੁਹੱਬਤ ਕਰਦਾ, ਜਿਨ ਮਨ ਹੋਰ ਨੂੰ ਕੋਰਸ, ਉਹਨੂੰ ਮਰਦ ਨਹੀਂ ਕਹਿਣਾ ਚਾਹੀਦਾ, ਮਰਦਾਂ ਦੀ ਗਿਣਤੀ ਚ ਨਹੀਂ ਹੁੰਦਾ। ਇਹਦੇ ਅਰਥ ਕੀ ਹੋਏਗਾ, ਸਮਝਣ ਵਾਲੇ ਸਮਝਣਗੇ। ਨਾ ਮਰਦ ਤੱਕ ਸ਼ਬਦ ਵਰਤਿਆ, ਹਮੂ ਮਰਦ ਪਾਏ ਦੀ ਸ਼ਬਦ ਸੁਖਨ ਵਰ, ਮਰਦ ਬੋਲ ਜੋ ਸੁਖਨ ਕਾ ਪੱਕਾ, ਜਿਹਦੇ ਢਿੱਡ ਚ ਕੁਝ ਤੇ ਮੂੰਹ ਚ ਕੁਝ ਕਹਿ, ਉਹਨੂੰ ਮਰਦ ਨਹੀਂ ਕਿਹਾ ਜਾਂਦਾ, ਬੱਚਾ। ਹਮੂ ਮਰਦ ਪਾਏ ਦੀ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਸ਼ਿਕਮੇ ਦਾ ਅਰਥ ਹੁੰਦਾ ਪੇਟ, ਤੇ ਦਹਾਨੇ ਦਾ ਅਰਥ ਮੂੰਹ, ਜਿਹਦੇ ਢਿੱਡ ਵਿੱਚ ਕੁਝ ਤੇ ਮੂੰਹ ਚ ਕੁਝ, ਉਹਨੂੰ ਆਸ਼ ਕਰੀ ਕਹਿੰਦੇ ਹੁੰਦੇ। ਫਿਰ ਆਓ, ਇਹ ਕਨੇਰੀ ਆਸ਼ਕੀ, ਦੂਜਾ ਲੱਗਿਆ ਜਾਏ ਨਾਨਕ ਆਸ਼ਿਕ ਕਾਂਡੀਆਂ ਸਾਦਗੀ ਰਹੇ ਸਮਾਏ। ਹੁਣ ਅਗਲੀ ਤੁਕ ਵੱਲ ਧਿਆਨ ਦਿਆ, ਚੰਗਾ ਚੰਗਾ ਕਰ ਮੰਨੈ, ਫਿਰ ਬਿਰਤੀ, ਚੰਗਾ ਚੰਗਾ ਕਰ ਮੰਨੈ, ਮੰਦੈ ਮੰਦਾ ਹੋਏ। ਜਿੰਨੀ ਕੁ ਸਮਝ ਮੈਨੂੰ ਅਰਥ ਆਉਂਦੀ, ਦਾਵਾ ਨਹੀਂ। ਕਹਿੰਦੇ ਨੇ ਇਹਨਾਂ ਨੂੰ ਆਸ਼ਿਕ ਨਹੀਂ ਕਹੀਦਾ, ਚੰਗਾ ਚੰਗਾ ਕਰ ਮੰਨੈ, ਜਿੱਦਣ ਤੇ ਹੋ ਗਿਆ ਚੰਗਾ ਕੰਮ, ਮੇਰਾ ਗੁਰੂ ਬੜਾ ਚੰਗਾ, ਮੇਰੇ ਬਾਬੇ ਬੜੇ ਚੰਗੇ, ਮੇਰੇ ਭਾਈ ਸਾਹਿਬ ਬੜੇ ਚੰਗੇ, ਸਾਡੇ ਗ੍ਰੰਥੀ ਬੜੇ ਚੰਗੇ। ਮੰਦਾ ਮੰਦਾ ਹੋਏ, ਤੇ ਜਿੱਦਣ ਨੁਕਸਾਨ ਹੋ ਗਿਆ ਉਦਣ ਕਹਿਣਾ ਚੰਗੇ ਪਰ ਐਵੇਂ ਬਾਬੇ ਬੋਲੀ ਜਾਂਦੇ ਨੇ, ਪੱਲੀ ਕੀ ਇਹ ਗੁਰੂ ਕਿਹੜਾ ਜੀ? ਸਿਰ ਗੁਰੂ ਸਾਹਿਬ ਕਹਿੰਦੇ ਆਸ਼ਕ ਜਿਹੜਾ ਸਵਾਰਥੀ ਹੁੰਦਾ ਉਹ ਆਸ਼ਕ ਨਹੀਂ ਹੁੰਦਾ, ਸਵਾਰਥੀ ਆਸ਼ਕ ਨਹੀਂ ਹੋ ਸਕਦਾ। ਇਹਦਾ ਫਿਰ ਅਰਥ, ਚੰਗਾ ਚੰਗਾ ਕਰ ਮੰਨੇ, ਚੰਗਾ ਹੋਇਆ ਤੇ ਤੂੰ ਚੰਗਾ, ਮੰਦਾ ਮੰਦਾ ਹੋਏ, ਮਾੜਾ ਹੋਇਆ ਤੇ ਕਹਿ ਦੇਣਾ ਮੇਰੇ ਨਾਲ ਰੱਬ ਨੇ ਕਹਿਰ ਕਰ ਦਿੱਤਾ। ਬਾਬਾ ਜੀ ਕਹਿੰਦੇ ਆਸ਼ਕ ਇਹ ਨਾ ਆਖੀਆਂ ਜਾਂ ਲੇਖ ਹੈ ਵਰਤਾ, ਸਰ ਜਿਹੜਾ ਲੇਖ ਕਰਦਾ ਉਹ ਆਸ਼ਕ ਨਹੀਂ ਹੁੰਦਾ, ਇਸ਼ਕ ਕਰਨ ਵਾਲਾ ਦਿਲੋਂ ਮੁਹੱਬਤ ਕਰਦਾ, ਚੰਗਾ ਹੋਵੇ ਮੰਦਾ ਹੋਵੇ। ਇੱਕ ਉਦਾਹਰਨ ਸਿਰ ਮੈਂ ਹੋਰ ਦੇ ਕੇ ਸਮਾਪਤੀ ਕਰਾਂਗਾ, ਤੇ ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ ਹੁਕਮ ਜ਼ਰੂਰ ਸੁਣ ਕੇ ਜਾਏ। ਤਦ ਮੈਂ ਵੀ ਕਈ ਵਾਰੀ ਮਰਿਆਦਾ ਦਾ ਨਹੀਂ ਪਤਾ ਹੁੰਦਾ ਇਸ ਸਥਾਨ ਦੀ। ਦਾ ਦੇਖੋ, ਅਸੀਂ ਬਾਬਾ ਫੇਰੂ ਸਾਹਿਬ ਦਾ ਬੜੀ ਵਾਰੀ ਮੈਂ ਜ਼ਿਕਰ ਕਰਦਾ, ਜਿਹਨਾਂ ਸੰਗਤ ਸਾਹਿਬ ਕਹਿੰਦੇ ਆ, ਭਾਈ ਸੰਗਤ ਸਾਹਿਬ ਜੀ, ਇਹ ਗੁਰੂ ਹਰਿ ਸਾਹਿਬ ਤੋਂ ਨਿਵਾਜੇ ਗਏ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਾਂ ਦਿੱਤੀਆਂ, ਗੁਰੂ ਹਰਿਕ੍ਰਿਸ਼ਨ ਸਾਹਿਬ ਵੇਲੇ, ਗੁਰੂ ਤੇਗ ਬਹਾਦਰ ਵੇਲੇ, ਗੁਰੂ ਗੋਬਿੰਦ ਸਿੰਘ ਜੀ ਵੇਲੇ। ਇੱਕ ਕਿਤਾਬ ਹੈ ਗੁਰੂ ਦੀਆਂ ਸਾਖੀ, ਸਰੂਪ ਸਿੰਘ ਕੁਸ਼ਕ ਦੀ ਲਿਖੀ ਹੋਈ ਹੈ, ਜ਼ਰੂਰ ਪੜ੍ਹੋ ਕਿਤੇ ਮੌਕਾ ਮਿਲੇ ਤਾਂ। ਐਡਿਟ ਕੀਤੀ ਹੈ ਪਿਆਰਾ ਸਿੰਘ ਪਦਮੂ ਨੇ। ਜਿੰਨੇ ਪੁਰਾਣੇ ਗ੍ਰੰਥਾਂ ਨੂੰ ਪੜ੍ਹਨਾ ਤੇ ਪਿਆਰਾ ਸਿੰਘ ਪਦਮੂ ਪੜ੍ਹੋ, ਕਿਉਂਕਿ ਉਹ ਅੱਜ ਤੇ ਮਿਲਦੇ ਆ, ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣੇਗਾ, ਪਰ ਵੈਸੇ ਨੈਟ ਉੱਤੇ ਆ ਗਏ, ਰਹਿਣਗੇ ਸਦਾ ਵੀ ਇਸ ਤਰ੍ਹਾਂ ਦਾ। ਇਹ ਨਕੀਏ ਦੇ ਮਸੰਦ ਨੇ ਭਾਈ ਸੰਗਤ ਸਾਹਿਬ ਜੀ। ਜਿਸ ਵਕਤ ਮਸੰਦ ਸਿਸਟਮ ਖਤਮ ਕੀਤਾ, ਮੈਂ ਸੰਖੇਪ ਦੀ ਗੱਲ ਕਰਾਂ ਵੀ ਮਸੰਦ ਕਿਵੇਂ ਇਹ ਸ਼ਰਾਬ ਪੀਂਦੇ ਨੇ, ਕਿਵੇਂ ਨਸ਼ਾ ਕਰਦੇ ਨੇ, ਕਿਵੇਂ ਸਿੱਖਾਂ ਨੂੰ ਧੱਕੇ ਨਾਲ ਭੇਟਾ ਕਰਾਉਂਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੱਲ੍ਹ ਤੋਂ ਬਾਅਦ ਬੰਦ ਕਰ ਦਿੱਤੇ। ਇਹਨਾਂ ਸੁੱਖਾਂ ਸਿੱਖਾਂ ਦੁੱਖ ਦੇ ਰਹੇ ਸਾਰੇ ਮਸੰਦ ਬੁਲਾਏ, ਨੱਕੇ ਦਾ ਮਸੰਦ ਭਾਈ ਸੰਗਤ ਸਾਹਿਬ ਮਹਾਰਾਜ ਨੇ ਪੰਜ ਸਿੱਖ ਘੱਲੇ, ਉਹਨੂੰ ਪਕੜ ਕੇ ਲਿਆ। ਉੱਥੇ ਤਾਂ ਦਾੜੇ ਦਾ ਜ਼ਿਕਰ ਵੀ ਹੈ,
ਲੱਕ ਨੂੰ ਰੱਸਾ ਬੰਨ ਕੇ ਲਿਆਓ, ਇੱਕ ਤਰੀਕ ਪਿੱਛੇ ਦੀਆਂ ਮੁਸ਼ਕਾਂ ਬੰਨ ਕੇ ਲਿਆਓ। ਭਾਈ ਆਲਮ ਚੰਦ ਨਚਨਾ ਇਹ ਚਲੇ ਗਏ ਉੱਥੇ ਇਤਿਹਾਸ ਵਿੱਚ, ਇਹ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਸਾਡੀ ਇੱਕ ਉਸ ਗ੍ਰੰਥ ਚ ਜਦੋਂ ਗਏ ਇਹਨਾਂ ਦੇ ਡੇਰੇ ਪਹੁੰਚੇ ਤੇ ਉੱਥੇ ਸੇਵਾਦਾਰ ਸੰਗਤਾਂ ਨੇ ਪੁੱਛਿਆ ਜੀ ਇਹ ਸੰਗਤ ਸਾਹਿਬ ਕਿੱਥੇ ਬਾਬਾ ਫੇਰੂ ਜੀ ਨੂੰ ਗਏ? ਕਹਿ ਲੱਗੇ ਜੀ ਉਹ ਇਸ ਵੇਲੇ ਇਕਾਂਤ ਚਲੇ ਜਾਂਦੇ ਆ ਨਦੀ ਦੇ ਕੰਢੇ। ਸਮਾਂ ਬੀਤਿਆ ਉਹ ਆ ਗਿਆ, ਹੱਥ 'ਚ ਉਹਨਾਂ ਨੇ ਆਤਮੂਰਾ ਪਕੜਿਆ ਇੱਕ ਤਾਰਾ ਜਿਹਾ, ਤੇ ਕੱਪੜੇ ਪਾਏ ਮਜੀਠ ਹੀ ਰੰਗ ਦੇ, ਤੇ ਸ਼ਬਦ ਗਾਉਂਦੇ ਉਹ, ਤੇ ਉਹਨਾਂ ਨੂੰ ਪਹਿਲਾਂ ਪੁੱਛ ਲਿਆ ਸਿੱਖਾਂ ਨੇ ਇਹ ਕਰਦੇ ਕੀ ਨੇ? ਉਹ ਕਹਿਣ ਲੱਗੇ ਜੀ ਇਹ ਲੰਗਰ ਪਕਾਉਂਦੇ ਨੇ, ਭਾਂਡੇ ਮਾਂਜਦੇ ਨੇ, ਝਾੜੂ ਲਾਉਂਦੇ ਨੇ, ਸੰਗਤ ਦੇ ਵਸਤਰ ਧੋਂਦੇ ਨੇ ਤੇ ਰੱਬ ਦੀ ਕੀਰਤਨ ਕਰਦੇ। ਟਿਕਾਉ ਬੜਾ। ਜਦੋਂ ਬਾਬੇ ਸੰਗਤ ਸਾਹਿਬ ਨੂੰ ਦੇਖਿਆ ਲੈਣ ਵਾਲਿਆਂ ਦਾ ਅੰਦਰ ਝੁਕ ਗਿਆ, ਦੇਖਿਆ ਭਾਈ ਆਲਮ ਚੰਦ ਦੀ ਜ਼ਬਾਨ ਤੋਂ ਪਹਿਲੇ ਸ਼ਬਦ ਨਿਕਲੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਮੂੰਹ ਤੋਂ ਗਿਆ ਨਹੀਂ ਪਿਆ। ਚਿੱਠੀ ਕਰ ਦਿੱਤੀ, ਚਿੱਠੀ ਬੜੀ ਵੀ ਇਸ ਤਰ੍ਹਾਂ ਨੂੰ ਲੈ ਕੇ ਆਓ ਅੱਖਾਂ ਪਾ ਰਹੀਆਂ। ਮੈਂ ਫਿਰ ਬੇਨਤੀ ਕਰਨ ਲੱਗਾ, ਗੁਰੂ ਹਰਿਰਾਇ ਸਾਹਿਬ ਦੇ ਵੇਲੇ ਤੇ ਉਸ ਵਕਤ ਉਹਨਾਂ ਦੀ ਉਮਰ 56 ਸਾਲ ਦੀ ਸੀ, ਤੇ ਸਤਿਗੁਰੂ ਦੀ ਆਰਬਲਾ ਨੂੰ ਕਿੰਨੀ ਉਮਰ ਉਹਨਾਂ ਦੀ ਜ਼ਿਆਦਾ ਹੈ। ਉਸ ਵੇਲੇ ਚਿੱਠੀ ਪੜ੍ਹੀ, ਨੇਤਰ ਭਰ ਕੇ ਕਹਿੰਦਿਆ ਨਮਸਕਾਰ ਕੀਤੀ, ਸਿੱਖੋ ਮੇਰੇ ਸਤਿਗੁਰੂ ਗੁਰੂ ਗੋਬਿੰਦ ਰਾਏ ਦੇ ਘਰੋਂ ਤੁਸੀਂ ਆਏ, ਲੈ ਪ੍ਰਸ਼ਾਦਾ ਪਰ ਛਕਾਇਆ। ਕਹਿਣ ਲੱਗੇ ਤੁਸੀਂ ਮੈਨੂੰ ਬੰਨ ਲਓ। ਉੱਥੇ ਸੱਚੀ ਮੁੱਚ ਲਿਖਿਆ ਦਾੜੇ ਦਾ ਪਕੜਨਾ ਜ਼ਿਕਰ। ਕਹਿਣ ਲੱਗੇ ਕਿ ਜਣਾ ਖਾ ਲਓ, ਇਹ ਆਮ ਤੌਰ 'ਤੇ ਸੁਣਾਉਂਦੇ ਨਹੀਂ ਸਾਡੇ ਸੱਜਣ, ਕਿਉਂਕਿ ਅਸੀਂ ਦੂਜੇ ਪਾਸੇ ਲੈ ਜਾਣ ਫਿਰ ਵੀ ਹੋ ਗਈ ਹੈ ਨਾ। ਸਿੱਖੀ ਦੀ ਪਰਖ ਹੈ, ਸਿੱਖ ਕਿੱਥੋਂ ਤੱਕ ਜਾਂਦਾ ਗੁਰੂ ਜੋ ਕਹੇ ਤੇ? ਉਹਨਾਂ ਕਿਹਾ ਨਾਨਾ ਇਹ ਨਹੀਂ ਸੀ ਕਰ ਸਕਦੇ। ਉਹਨਾਂ ਨੇ ਦਾੜਾ ਲੰਮਾ ਸੀ, ਇੱਕ ਨੂੰ ਖੱਬੇ ਪਾਸੇ ਸੱਜਦਾ, ਇੱਕ ਨੂੰ ਸੱਜੇ ਪਾਸੇ। ਕਹਿਣ ਲੱਗੇ ਕਹਿੰਦੇ ਸਾਨੂੰ ਅਸੀਂ ਕਿਵੇਂ ਲਗਾਈਏ? ਕਹਿਣ ਲੱਗੇ ਸਿੱਖੋ ਗੁਰੂ ਦਾ ਹੁਕਮ ਮੰਨੋ, ਹੁਕਮ ਮੰਨ ਕੇ ਸੁੱਖ ਮਿਲਦਾ। ਵੇਖੋ ਉਹਨਾਂ ਅਪਮਾਨ ਨਹੀਂ ਸਮਝਿਆ। ਉਹ ਕਹਿੰਦਾ ਕਿ ਸਾਡਾ ਯਾਰ ਨਹੀਂ ਪੈਂਦਾ। ਕਹਿੰਦਾ ਵੀ ਇਸ ਕਰ ਤੁਸੀਂ ਪੰਜ ਜਣੇ ਹੋ, ਦੋ ਜਣੇ ਮੇਰੇ ਖੱਬੇ ਪਾਸੇ ਹੋ ਜਾਓ, ਦੋ ਜਣੇ ਸੱਜੇ ਹੋ ਜਾਓ, ਲੱਕ ਮੇਰੇ ਰੱਸਾ ਬੰਨ ਲਓ ਤੇ ਇੱਕ ਜਣਾ ਮੈਨੂੰ ਅੱਗੋਂ ਪਕੜ ਕੇ ਲੈ ਚੱਲੋ। ਤੁਹਾਡੀ ਵੀ ਰਹਿ ਜਾਏਗੀ ਤੇ ਮੇਰੀ ਵੀ ਰਹਿ ਜਾਏਗੀ, ਤੁਸੀਂ ਵੀ ਸਿੱਖ ਹੋ, ਮੈਂ ਵੀ ਸਿੱਖ ਆ, ਹੁਕਮ ਮੰਨਣਾ। ਚਲੋ ਜੀ ਲੈ ਗਏ। ਮੁੱਖ ਦੀ ਗੱਲ ਕੀ, ਮੈਂ ਆਸ਼ਕ ਦੀ ਗੱਲ ਕਰ ਰਿਹਾ। ਚੰਗੇ ਚੰਗਾ ਕਰ ਮੰਨੇ, ਮੰਦਾ ਮੰਦਾ ਹੋਵੇ ਕੱਚਾ ਹੈ। ਜਦੋਂ ਉੱਥੇ ਗਏ ਤੇ ਹਜ਼ੂਰ, ਕੁਛ ਵਿਦਵਾਨ ਲਿਖਦੇ ਆ ਕੇਸ ਬਾਹਰ ਹੈ ਸਾਡੇ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਿਆਂਦਾ। ਕਹਿੰਦੇ ਨੇ ਜਦੋਂ ਸਤਿਗੁਰਾਂ ਨੇ ਦੇਖਿਆ, ਨੇਤਰ ਬੰਦ ਕੀਤੇ, ਹੱਥੇ ਦਾੜੀ ਭਾਈ ਸਾਹਿਬ ਨੇ ਪਕੜ ਲਈ, ਹਜ਼ੂਰ ਨੇ ਇੱਕੋ ਦਮ ਸਿੰਘਾਸਨ ਤੋਂ ਉੱਤਰ ਕੇ ਘੁੱਟ ਕੇ ਸੀਨੇ ਨਾਲ ਆਇਆ। ਕਹਿਣ ਲੱਗੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਉੱਥੇ ਫਿਰ ਪੰਜ ਬਚਨ ਪਏ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਦਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਜਗ ਤੁਲਹਾ ਭਾਰੀ। ਬੈਰਾਗ ਚਾਹ ਕੇ ਕਹਿਣ ਲੱਗੇ ਭਾਈ ਫੇਰੂ ਤੇਰੇ ਤੋਂ ਸਭ ਗੁਰ ਬਲਿਹਾਰ। ਮਹਾਰਾਜ ਜੀ ਨੇ ਸੱਚੀ ਦਾੜੀ ਦਾ ਖਿਤਾਬ ਜਦੋਂ ਇਹ ਬਖਸ਼ਿਸ਼ ਹੋ, ਤੁਸੀਂ ਦੇਖੋ ਗੁਰੂ ਹਰਿਰਾਇ ਸਾਹਿਬ ਦੇ ਵੇਲੇ ਦਾ ਨਵਾਜਿਆ। ਅੱਜ ਕਿਸੇ ਨੂੰ ਥੋੜਾ ਜਾ ਕੇ ਭੁੜਕਣ ਜੋ ਪਾਲ ਹੁੰਦਾ, ਮੈਂ ਨਹੀਂ ਆਉਣਾ, ਕੱਲ ਦਾ ਬੱਚਾ ਤੂੰ ਕੌਣ ਹੈ? ਆਨੇ ਆਸ਼ਕ ਮੁਹੱਬਤ ਕਰਨ ਵਾਲੇ ਕਹਿੰਦੇ ਨੇ ਉਸ ਵਕਤ ਮਹਾਰਾਜ ਦੇ ਸਾਹਮਣੇ ਖਲੋ ਕੇ ਇਹ ਕਿਹਨਾਂ ਨੇ ਸ਼ਬਦ ਉਚਾਰਿਆ, ਕਵਿਤਾ ਕਹੀ,
ਕਿ ਅਸਲ 'ਚ ਉਹਨਾਂ ਦੀ ਬਾਣੀ ਹੈ। ਮੈਂ ਉਹ ਕਹਿ ਕੇ ਸਮਾਪਤੀ ਕਰਨਾ, ਕਹਿਣ ਲੱਗੇ ਸਾਡੇ ਸੱਜਣਾ ਜੀ, ਸਾਨੂੰ ਤੇਰੀ ਮਣੀ ਨਿਮਾਣਿਆਂ ਦਾ ਤੂੰ ਮਾਨ ਸਦਾਵੇਂ, ਸਾਡੀ ਪੀਤਾਂ ਵਿਤਣੀ ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ ਫੇਰੂ ਜਾਂ ਸੱਜਣ ਤੋਂ ਵਾਰੀ ਵਾਰੀ ਤਾਂ ਭਲੀ ਬਣੀ। ਅਗਲੀ ਉਹਨਾਂ ਦੀ ਸੱਤਰ ਸੀ, ਮਾਏ ਨਹੀਂ ਮਾਏ ਮੇਰੀਆਂ ਕੌਣ ਕੱਤੇ ਹੁਣ ਪੂਰੀਆਂ, ਸੁਧ ਵਿਸਰੀ ਮੇਰੀ ਮਤ ਬੋਰਾਨੀ, ਪ੍ਰੀਤਮ ਪ੍ਰੇਮ ਕਿਉਂ ਹੋਈਆਂ ਨਿਉ ਲੱਗਾ ਲੱਗ ਤੁੱਟਦਾ ਨਾਹੀਂ, ਸੋ ਬਾਜੋ ਗੱਲਾਂ ਊਣੀਆਂ ਫੇਰੂ ਜਿਉਂਦਿਆਂ ਨਿਉ ਵਿਸਰੈ ਨਾਹੀਂ ਮੈਂ ਮੋਇਆਂ ਦੀ ਦੂਨ ਚ। ਇਹ ਗੁਰੂ ਦੀ ਮੁਹੱਬਤ ਜਿਉਂਦਿਆਂ ਨਹੀਂ ਕੇਵਲ, ਇਹ ਮਰਿਆਂ ਦੀ ਵੀ ਹੈ। ਇਹਦੀਆਂ ਤੂੰ ਬੇਨਤੀਆਂ ਪ੍ਰਵਾਨ ਕਰਿਓ। ਅਗਲੇ ਦੀਵਾਨ ਕੱਲ੍ਹ ਨੂੰ ਦਿੱਲੀ ਨੂੰ ਹੈ, ਫਿਰ ਪੁਲਹਿਰੀ, ਫਿਰ ਮਡੇਰੇ ਨੇ ਐਤਵਾਰ ਅਤੇ ਸੋਮਵਾਰ ਅਤੇ ਦੋ ਦਿਨ ਫਿਰ ਕਰਮ ਨੂੰ ਹੈ। ਆਪ ਜੀ ਅਸੀਸ ਬਖਸ਼ਦੇ ਰਹੇ ਜੀ। ਬਾਬਾ ਜੀ ਤੁਹਾਡਾ ਬਹੁਤ ਧੰਨਵਾਦ, ਮੈਨੂੰ ਤੁਹਾਨੂੰ ਯਾਦ ਲੈ ਰਿਹਾ ਨਾ ਜੀ। ਹੁਣ ਸ਼ਬਦ ਪੜ੍ਹਿਆ ਜਾਏਗਾ, ਹੁਕਮ ਸੁਣ ਕੇ ਜਾਣਾ ਜੀ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।